सबसक्राइब करो साडा चैनल संताली नामा ते हर नवी वीडियो दी नोटिफिकेशन प्राप्त करन लई घंटी दा बटन जरूर दबाओ। ਉਹਨਾਂ ਨਾਲ ਸਨ ਔਰ ਉਹਨਾਂ ਦੇ ਜਿਹੜੇ ਉਹਨਾਂ ਦੇ ਵਾਲਿਦ ਸਨ ਉਹ ਜਿਹੜੇ ਬਰਖਾ ਦੱਤ ਦੇ ਪੜਦਾਦਾ ਸਨ ਉਹਨਾਂ ਨਾਲ ਮੇਰੇ ਪੜਦਾਦਾ ਜੀ ਦਾ ਬੜਾ ਤਾਲੁਕ ਸੀ। ਉਹਨਾਂ ਦਾ ਨਾਂ ਸੀ ਪੰਡਿਤ ਵੇਸ਼ਨਾਥ ਦੱਤ ਉਹ ਸਨ। ਦੂਜੇ ਪਾਸੇ ਇੱਕ ਉਸੇ ਬੜੇ ਵੱਡੇ ਲਾਇਰ ਸਨ ਉਹਨਾਂ ਦਾ ਨਾਂ ਸੀ ਲਾਲਾ ਬੇਲੀ ਰਾਮ। ਉਹਨਾਂ ਦਾ ਵੀ ਪੈਰਿਸ ਰੋਡ ਦੇ ਉੱਤੇ ਬਹੁਤ ਵੱਡਾ ਮਹਿਲ ਨੁਮਾ ਮੈਨਸ਼ਨ ਬੰਗਲਾ ਸੀ। ਬਰਖਾ ਦੱਤ ਸਾਹਿਬਾਂ ਦੇ ਦਾਦਾ ਜੀ ਔਰ ਪੜਦਾਦਾ ਜੀ ਦਾ ਘਰ ਵੀ ਪੈਰਿਸ ਰੋਡ ਦੇ ਹੋਵੇ। ਓਬਰਾਏ ਇੰਡਸਟਰੀ ਸੀ, ਬਹੁਤ ਵੱਡੀ ਖੇਡਾਂ ਦੀ ਇੰਡਸਟਰੀ ਸੀ। ਉਹਨਾਂ ਦੇ ਸਰ ਗੰਡਾ ਸਿੰਘ ਓਬਰਾਏ, ਉਹਨਾਂ ਦੀ ਵੀ ਉੱਥੇ ਘਰ ਸੀ ਪੈਰਿਸ ਰੋਡ ਦੇ ਉੱਤੇ। ਸਿਆਲਕੋਟ ਵਿੱਚ ਜਿਹੜੇ ਕੁਲਦੀਪ ਨਈਅਰ ਸਾਹਿਬ ਸਨ, ਇਹ ਵੀ ਸਾਡੇ ਸਿਆਲਕੋਟ ਦੇ ਸਨ, ਬਿਲਕੁਲ ਸਿਆਲਕੋਟ ਸ਼ਹਿਰ ਦੇ। ਇਹਨਾਂ ਦੀ ਇੱਥੇ ਨਈਅਰ ਮਾਰਕੀਟ ਹੁੰਦੀ ਸੀ, ਇਹਨਾਂ ਦੀ ਇੱਥੇ ਨਈਅਰ ਮਾਰਕੀਟ ਸੀ ਇਹਨਾਂ ਦੀ, ਔਰ ਬੜੀ ਮਸ਼ਹੂਰ ਸੀ। ਔਰ ਬੜੇ ਸੋਫਿਸਟੀਕੇਟਿਡ ਲੋਕ ਸਨ, ਬੜੇ ਪੜ੍ਹੇ ਲਿਖੇ, ਇਹਨਾਂ ਦੇ ਵਾਲਿਦ ਡਾਕਟਰ ਸਨ। ਤੇ ਇਹ ਉਹ ਇਨਵਾਇਰਮੈਂਟ ਸੀ ਸਿਆਲਕੋਟ ਦਾ ਜਿੱਥੇ ਇਹ ਲੋਕ ਬਹਿੰਦੇ ਸਨ, ਲੋਕ ਮਿਲਦੇ ਸਨ, ਲੋਕ ਗੱਲਾਂ ਕਰਦੇ ਸਨ। ਤੁਸੀਂ ਇਤਿਹਾਸ ਕਹਿ ਲਓ, ਇੱਕ ਰਿਕਾਰਡ ਹੈ ਕਿ ਪ੍ਰੀ ਪਾਰਟੀਸ਼ਨ 47 ਤੋਂ ਪਹਿਲਾਂ ਕੋਈ ਵੀ ਦੋ ਸਕੇ ਭਰਾ ਪੰਜਾਬ ਵਿੱਚੋਂ, ਕੋਈ ਵੀ ਦੋ ਸਕੇ ਭਰਾ ਬਿਆਕ ਵਕਤ MLA ਨਹੀਂ ਹੋਏ। ਮੇਰੇ ਦੋਵੇਂ ਦਾਦੇ ਚੌਧਰੀ ਸਰ ਮੁਹੰਮਦ ਜ਼ਫਰੁੱਲਾ ਖਾਨ, ਸਭ ਤੋਂ ਵੱਡੇ ਦਾਦਾ ਜੀ, ਔਰ ਸਭ ਤੋਂ ਛੋਟੇ ਚੌਧਰੀ ਸਤੁੱਲਾ ਖਾਨ ਸਾਹਿਬ, ਉਹ ਵੀ ਬੈਰਿਸਟਰ ਸਨ, ਦੋਵੇਂ ਬੈਰਿਸਟਰੀ ਬਾਹਰੋਂ ਕਰਕੇ ਆਏ ਸਨ। ਦੋਵੇਂ ਭਰਾ ਸਕੇ ਭਰਾ ਇਲੈਕਟਿਡ ਮੈਂਬਰ ਸਨ ਪੰਜਾਬ ਅਸੈਂਬਲੀ। ਉਹ ਦੌਰ ਬੜਾ ਅੱਛਾ ਸੀ। ਚੌਧਰੀ ਨਸਰੁੱਲਾ ਖਾਨ ਸਾਹਿਬ ਫਿਰ ਵਕਾਲਤ ਕਰਨ ਵਿੱਚ ਸਿਆਲਕੋਟ ਗਏ, ਇਹਨਾਂ ਉੱਥੇ ਆਪਣਾ ਘਰ ਖਰੀਦਿਆ। ਮੈਂ ਉਹ ਘਰ ਵੀ ਦੇਖਿਆ ਹੋਇਆ, ਉਹ ਘਰ ਮੈਂ ਦੇਖਿਆ ਹੋਇਆ, ਮੈਂ ਇੱਕ ਦਫ਼ਾ ਗਿਆ ਸਾਂ ਵੇਖਣ ਨੂੰ ਘਰ। ਹੁਣ ਬਹੁਤ ਸਾਲ ਪਹਿਲਾਂ ਗਿਆ ਸਾਂ, ਹੁਣ ਮੈਂ ਐਗਜੈਕਟ ਉਸ ਜਗ੍ਹਾ ਨਹੀਂ ਪਹੁੰਚ ਸਕਦਾ, ਲੇਕਿਨ ਮੈਨੂੰ ਉਸ ਇਲਾਕੇ ਦਾ ਪਤਾ ਹੈ। ਲੇਕਿਨ ਸਟਿਲ ਉੱਥੇ ਲੋਕ ਹਨ ਜਿਹਨਾਂ ਨੂੰ ਪਤਾ ਹੈ ਕਿ ਡਸਕੇਲੇ ਚੌਧਰੀਆਂ ਦਾ ਇਹ ਘਰ ਸੀ। ਉਸ ਜ਼ਮਾਨੇ ਵਿੱਚ ਤੁਹਾਨੂੰ ਮੈਂ ਦੱਸਣਾ, ਸਿਆਲਕੋਟ ਬੜਾ ਲਾਇਕ ਲੋਕਾਂ ਦਾ ਇਲਾਕਾ ਸੀ। ਪੁਰਾਣੇ ਜ਼ਮਾਨੇ ਵਿੱਚ ਵੀ ਪੜ੍ਹੇ ਲਿਖੇ ਲੋਕ ਸਨ, ਮੁਸਲਮਾਨ ਸਨ ਜਾਂ ਹਿੰਦੂ ਸਨ ਜਾਂ ਸਿੱਖ ਸਨ, ਥੋੜ੍ਹੀ ਜਿਹੀ ਪਾਰਸੀ ਕਮਿਊਨਿਟੀ ਵੀ ਸੀ, ਪਾਰਸੀਆਂ ਦੀ ਵੀ ਥੋੜ੍ਹੀ ਜਿਹੀ। ਬਹੁਤ ਪੜ੍ਹੇ ਲਿਖੇ, ਸਮਝਦਾਰ ਔਰ ਲਾਇਕ ਲੋਕ ਸਨ, ਤਮੀਜ਼ਦਾਰ ਲੋਕ ਸਨ ਧਾਮੀ ਸਾਹਿਬ ਸਿਆਲਕੋਟ ਦੇ। ਸਿਆਲਕੋਟ ਦੇ ਲੋਕਾਂ ਦੀ ਇੱਕ ਬਹੁਤ ਵੱਡੀ ਗੱਲ ਜੇ ਧਾਮੀ ਸਾਹਿਬ, ਸਿਆਲਕੋਟ ਦੇ ਭਾਵੇਂ ਅਨਪੜ੍ਹ ਜੱਟ ਵੀ ਸਨ, ਪੜ੍ਹੇ ਲਿਖੇ ਓਵਰਆਲ ਸਿਆਲਕੋਟ ਦੇ ਲੋਕ ਤਮੀਜ਼ਦਾਰ ਸਨ, ਅਗਰ ਅਸੀਂ ਮੁਕਾਬਲਾ ਦੂਜੇ ਲੋਕਾਂ ਦੇ ਇਲਾਕੇ ਦੇ ਲੋਕਾਂ ਨਾਲ ਕਰੋ। ਉਸ ਜ਼ਮਾਨੇ 'ਚ ਸਿਆਲਕੋਟ ਵਿੱਚ ਜਦੋਂ ਮੇਰੇ ਪੜਦਾਦਾ ਜੀ ਉੱਥੇ ਗਏ, ਉੱਥੇ ਵਕਾਲਤ ਕੀਤੀ, ਉੱਥੇ ਕੀ ਉਸ ਜ਼ਮਾਨੇ ਵਿੱਚ ਸਿਆਲਕੋਟ ਵਿੱਚ ਰਹਿੰਦੇ ਸਨ ਖਾਨ ਬਹਾਦਰ ਚੌਧਰੀ ਸੁਲਤਾਨ ਮੁਹੰਮਦ ਖਾਨ, ਫੈਜ਼ ਅਹਿਮਦ ਫੈਜ਼ ਸਾਹਿਬ ਦੇ ਵਾਲਿਦ। ਖਾਨ ਬਹਾਦਰ ਚੌਧਰੀ ਸੁਲਤਾਨ ਮੁਹੰਮਦ ਖਾਨ ਸਾਹਿਬ ਅਮੀਰੇ ਕਾਬੁਲ ਅਫਗਾਨਿਸਤਾਨ ਦੇ ਬਾਦਸ਼ਾਹ ਦੇ ਮੀਰ ਮੁਨਸ਼ੀ ਵੀ ਰਹੇ ਨੇ, ਯਾਨੀ ਕਿ ਚੀਫ ਸੈਕਟਰੀ ਵੀ ਰਹੇ ਨੇ, ਐਡਵਾਈਜ਼ਰ ਵੀ ਰਹੇ ਨੇ, ਬਾਅਦ ਵਿੱਚ ਅਫਗਾਨਿਸਤਾਨ ਦੇ ਇੰਗਲੈਂਡ ਵਿੱਚ ਅੰਬੈਸਡਰ ਵੀ ਰਹੇ ਨੇ ਖਾਨ ਬਹਾਦਰ ਚੌਧਰੀ ਸੁਲਤਾਨ ਮੁਹੰਮਦ ਖਾਨ ਸਾਹਿਬ। ਇਹਨਾਂ ਦਾ ਪਿੰਡ ਸੀ ਕਾਲਾ ਕਾਦਰ, ਉਹ ਹੁਣ ਜ਼ਿਲ੍ਹੇ ਨਾਰੋਵਾਲ 'ਚ ਆ ਗਿਆ, ਉਦੋਂ ਜ਼ਿਲ੍ਹਾ ਸਿਆਲਕੋਟ ਸੀ ਤੇ ਸਿਆਲਕੋਟ ਵਿੱਚ ਹੈੱਡਕੁਆਰਟਰ ਸੀ ਤੇ ਉੱਥੇ ਰਹੇ ਨੇ ਤੇ ਬੜੇ ਲਾਇਕ ਆਦਮੀ ਸਨ। ਬਲਕਿ ਉਹ ਬਾਬਾ ਜੀ ਜ਼ਫਰੁੱਲਾ ਖਾਨ ਕਹਿੰਦੇ ਹੁੰਦੇ ਸਨ ਕਿ ਜਦੋਂ ਮੈਂ ਉੱਥੇ ਆਪਣੇ ਵਕਾਲਤ ਕਰਨ ਗਿਆ, ਬਾਅਦ ਵਿੱਚ ਵਕਾਲਤ ਕਾਰਡ ਪਾਸ ਕਰਨ ਤੋਂ ਬਾਅਦ ਚੌਧਰੀ ਸਾਹਿਬ ਜ਼ਫਰੁੱਲਾ ਖਾਨ ਤੇ ਖਾਨ ਬਹਾਦਰ ਸਾਹਿਬ ਕਹਿੰਦੇ ਸਨ ਬਾਬਾ ਜੀ ਜ਼ਫਰੁੱਲਾ ਖਾਨ ਨੂੰ ਕਿ ਜ਼ਫਰੁੱਲਾ ਖਾਨ ਵਕਾਲਤ ਔਰ ਜਿਹੜੇ ਟੈਕਨੀਕਲ ਚੀਜ਼ਾਂ ਨੇ ਵਕਾਲਤ ਦੀਆਂ ਔਰ ਉਸਤਾਦੀਆਂ ਔਰ ਲਿਆਕਤ ਹੈ ਆਪਣੇ ਬਾਪ ਚੌਧਰੀ ਨਸਰੁੱਲਾ ਖਾਨ ਸਾਹਿਬ ਕੋਲ ਸਿੱਖ, ਤੇ ਬੋਲਣ ਦਾ ਤਰੀਕ ਜਾਂ ਗੱਲ ਕਰਨ ਦਾ ਉਹ ਮੈਂ ਤੁਹਾਨੂੰ ਦੱਸਾਂਗਾ। ਉਹ ਜ਼ਰਾ ਥੋੜ੍ਹੇ ਜ਼ਿਆਦਾ ਹੋ ਜਾਂਦੇ ਸਨ, ਜ਼ਿਆਦਾ ਬੋਲਡ ਹੋ ਕੇ ਬੋਲਦੇ ਸਨ, ਤੇ ਚੌਧਰੀ ਨਸਰੁੱਲਾ ਖਾਨ ਸਾਹਿਬ ਜਿਹੜੇ ਪੜਦਾਦਾ ਜੀ ਸਨ ਉਹ ਬੜੇ ਟੈਕਨੀਕਲ ਔਰ ਬੜੇ ਧੀਮੀ ਔਰ ਉਸੇ ਨਾਲ ਬੋਲਦੇ ਸਨ। ਲੇਕਿਨ ਖਾਨ ਬਹਾਦਰ ਸਾਹਿਬ ਜ਼ਰਾ ਤੁਹਾਨੂੰ ਸਨ ਕਿ ਚੌਧਰੀ ਸਾਹਿਬ ਬੋਲਣਾ ਤੈਨੂੰ ਮੈਂ ਦੱਸਾਂਗਾ ਇਹ ਗੱਲ ਬੜੀ। ਚੌਧਰੀ ਸਾਹਿਬ ਜ਼ਫਰੁੱਲਾ ਖਾਨ ਸਾਹਿਬ ਨੇ ਆਪਣੀ ਕਿਤਾਬ ਵਿੱਚ ਵੀ ਗੱਲ ਲਿਖੀ ਹੈ, ਉਹ ਉੱਥੇ ਸਨ। ਅੰਦਾਜ਼ਾ ਕਰ ਲਓ ਕਿ ਇੱਕ ਬੰਦਾ ਬਾਹਰੋਂ ਪੜ੍ਹਿਆ ਹੋਇਆ
ਬਾਦਸ਼ਾਹ ਦਾ ਅਫਗਾਨਿਸਤਾਨ ਦੇ ਬਾਦਸ਼ਾਹ ਦਾ ਐਡਵਾਈਜ਼ਰ ਮੀਰ ਮੁਨਸ਼ੀ ਚੀਫ ਸੈਕਟਰੀ ਨੂੰ ਮੀਰ ਮੁਨਸ਼ੀ ਆਉਂਦੇ ਸਨ ਚੀਫ ਸੈਕਟਰੀ ਐਂਬੈਸਡਰ ਸਿਆਲਕੋਟ ਆ ਕੇ ਬੈਠਾ ਹੋਏਗਾ ਫਿਰ ਮੀਆਂ ਸਰ ਫਜ਼ਲੇ ਹੁਸੈਨ ਸਰ ਦਾ ਖਿਤਾਬ ਸੀ ਜਿਹੜੇ ਯੂਨੀਅਨਿਸਟ ਪਾਰਟੀ ਬਣਾਉਣ ਵਾਲੇ ਸਨ ਜਿਹੜੇ ਛੋਟੂ ਰਾਮ ਹੋਰਾਂ ਤੋਂ ਵੀ ਸੀਨੀਅਰ ਸਨ ਸਾਰੇ ਜਿਨ੍ਹਾਂ ਤੋਂ ਬਾਅਦ ਦੀ ਲੀਗ ਸੀ ਸਰ ਸਿਕੰਦਰ ਅਯਾਦ ਸਰ ਜ਼ਫਰੁੱਲਾ ਖਾਨ ਔਰ ਮਲਕ ਮਲਕ ਖਿਜ਼ਰ ਟਿਵਾਣਾ ਸਾਹਿਬ ਇਹ ਬਾਅਦ ਦੇ ਸਨ ਤੇ ਇਹਨਾਂ ਦੇ ਸਭ ਦੇ ਵੱਡੇ ਸਨ ਯੂਨੀਅਨਿਸਟ ਪਾਰਟੀ ਬਣਾਉਣ ਵਾਲੇ ਮੀਆਂ ਸਰ ਫਜ਼ਲੇ ਹੁਸੈਨ ਸਾਹਿਬ ਮੀਆਂ ਸਰ ਫਜ਼ਲੇ ਹੁਸੈਨ ਸਾਹਿਬ ਜਿਹੜੇ ਸਨ ਉਹ ਹੈਨ ਪਿੱਛੋਂ ਗੁਰਦਾਸਪੁਰ ਦੇ ਸਨ ਲੇਕਿਨ ਅਸੀਂ ਸਿਆਲਕੋਟ ਹੀ ਉਹਨੂੰ ਮੰਨਦੇ ਹਾਂ ਕਿਉਂ ਉਹ ਜਦੋਂ ਪੜ੍ਹ ਕੇ ਆਏ ਤੇ ਉਹ ਸਿਆਲਕੋਟ ਆ ਕੇ ਠਹਿਰੇ ਸਨ ਤੇ ਉਹਨਾਂ ਸਿਆਲਕੋਟ ਆਪਣੀ ਲਾਅ ਪ੍ਰੈਕਟਿਸ ਵੀ ਕੀਤੀ ਸੀ ਤੇ ਸਾਰੀ ਉਮਰ ਉਹਨਾਂ ਦਾ ਸਿਆਲਕੋਟ ਨਾਲ ਬੜਾ ਤਾਲੁਕ ਰਿਹਾ ਔਰ ਬਾਅਦ ਦੀ ਆਉਣ ਵਾਲੀ ਜ਼ਿੰਦਗੀ ਜਿਹਦੇ ਵਿੱਚ ਸਿਆਸਤ ਵੀ ਸ਼ਾਮਿਲ ਸੀ ਉਹ ਮੈਂ ਅੱਗੇ ਜਾ ਕੇ ਤੁਹਾਨੂੰ ਦੱਸਾਂਗਾ ਉਹਦੇ ਵਿੱਚ ਸਿਆਲਕੋਟ ਦਾ ਰੰਗ ਬੜਾ ਦਾਖਲ ਸ਼ਾਮਿਲ ਰਿਹਾ ਮਸਲਨ ਯੂਨੀਅਨਿਸਟ ਪਾਰਟੀ ਦੀ ਹਕੂਮਤ ਵਿੱਚ ਚੌਧਰੀ ਸਰ ਸ਼ਹਾਬੂਦੀਨ ਵਿਰਕ ਸਾਹਿਬ ਚਾਰ ਦਫ਼ਾ ਅਸੈਂਬਲੀ ਦੇ ਸਪੀਕਰ ਹੋਏ ਨੇ ਮੁਸਲਸਲ ਜਦੋਂ ਪਹਿਲਾਂ ਪੰਜਾਬ ਲੈਜਿਸਲੇਟਿਵ ਕੌਂਸਲ ਆਉਂਦੇ ਹੁੰਦੇ ਸਰ ਪਹਿਲਾਂ ਪੰਜਾਬ ਅਸੈਂਬਲੀ ਨੂੰ ਫਿਰ ਬਾਅਦ ਚ ਪੰਜਾਬ ਅਸੈਂਬਲੀ ਕਹਿਣ ਲੱਗੇ ਉਹ ਚਾਰ ਦਫ਼ਾ ਮੁਸਲਸਲ ਸਪੀਕਰ ਹੋਏ ਨੇ ਉਦੋਂ ਸਪੀਕਰ ਨੂੰ ਪਹਿਲਾਂ ਪ੍ਰੈਜੀਡੈਂਟ ਕਹਿੰਦੇ ਸਨ ਤੇ ਬਾਅਦ ਵਿੱਚ ਪ੍ਰੈਜੀਡੈਂਟ ਅਸੈਂਬਲੀ ਜਿਸ ਤਰ੍ਹਾਂ ਤੁਹਾਨੂੰ ਪਤਾ ਵਜ਼ੀਰ ਆਲਾ ਨੂੰ ਪ੍ਰੀਮੀਅਰ ਕਹਿੰਦੇ ਸਨ ਥੋੜਾ ਜਿਹਾ ਟਰਮਸ ਲੇਕਿਨ ਗੱਲ ਸਮ ਤੇ ਚੌਥੀ ਵਾਰ ਹੁਣ ਚੌਧਰੀ ਸਰ ਸ਼ਹਾਬੂਦੀਨ ਸਾਹਿਬ ਵੀ ਸਿਆਲਕੋਟ ਸਨ ਮੀਆਂ ਸਰ ਫਜ਼ਲ ਹੁਸੈਨ ਸਾਹਿਬ ਵੀ ਸਿਆਲਕੋਟ ਸਨ ਅਲਾਮਾ ਇਕਬਾਲ ਸਾਹਿਬ ਵੀ ਸਿਆਲਕੋਟ ਸਨ ਉਹਨਾਂ ਦੇ ਵਾਲਿਦ ਸਨ ਸ਼ੇਖ ਨੂਰ ਮੁਹੰਮਦ ਸਾਹਿਬ ਉਹਨਾਂ ਨਾਲ ਸਾਡਾ ਬੜਾ ਅੱਛਾ ਤਾਲੁਕ ਸੀ ਖਾਨ ਬਹਾਦਰ ਚੌਧਰੀ ਸੁਲਤਾਨ ਮੁਹੰਮਦ ਖਾਨ ਸਾਹਿਬ ਫੈਜ਼ ਅਹਿਮਦ ਫੈਜ਼ ਸਾਹਿਬ ਦੇ ਵਾਲਿਦ ਵੀ ਸਿਆਲਕੋਟ ਸਨ ਅਲਾਮਾ ਇਕਬਾਲ ਦੇ ਉਸਤਾਦ ਤੁਸੀਂ ਨਾਮ ਸੁਣਿਆ ਹੈਗਾ ਸ਼ਮਸੁਲ ਉਲਮਾ ਸੈਯਦ ਮੀਰ ਹਸਨ ਸਾਹਿਬ ਜਿਨ੍ਹਾਂ ਦਾ ਬਹੁਤ ਬੜਾ ਦਖਲ ਹੈ ਅਲਾਮਾ ਇਕਬਾਲ ਦੇ ਵਿੱਚ ਉਹਨਾਂ ਨੂੰ ਸ਼ਮਸੁਲ ਉਲਮਾ ਦਾ ਖਿਤਾਬ ਵੀ ਦਿੱਤਾ ਸੀ ਅੰਗਰੇਜ਼ਾਂ ਨੇ ਉਹ ਵੀ ਸਿਆਲਕੋਟ ਸਨ ਉਹਨਾਂ ਦੇ ਕਜ਼ਨ ਸਨ ਮੀਰ ਸੈਯਦ ਮੀਰ ਹਸਾਮੁਦੀਨ ਸਾਹਿਬ ਬਹੁਤ ਲਾਇਕ ਆਦਮੀ ਸਨ ਉਹ ਵੀ ਸਿਆਲਕੋਟ ਸਨ ਸ਼ੇਖ ਫੈਮਿਲੀ ਵਿੱਚੋਂ ਸ਼ੇਖ ਗੁਲਾਮ ਕਾਦਰ ਸਾਹਿਬ ਹੁੰਦੇ ਸਨ ਜਿਨ੍ਹਾਂ ਦਾ ਸ਼ੇਖ ਗੁਲਾਮ ਕਾਦਰ ਐਂਡ ਕੰਪਨੀ ਨੌਰਥ ਇੰਡੀਆ ਦਾ ਨੌਰਦਰਨ ਇੰਡੀਆ ਦਾ ਸਭ ਤੋਂ ਵੱਡਾ ਡਿਪਾਰਟਮੈਂਟਲ ਸਟੋਰ ਸੀ ਜਿੱਥੇ ਮਹਾਰਾਜਾ ਕਸ਼ਮੀਰ ਆਉਂਦਾ ਹੁੰਦਾ ਸੀ ਖਰੀਦਦਾਰੀ ਕਰਨ ਉਹ ਵੀ ਸਿਆਲਕੋਟ ਸਨ ਤੇ ਇਹ ਉਹ ਦੌਰ ਸੀ ਇਨ ਇਸ ਦੌਰ ਦੇ ਲੋਕ ਅੰਦਾਜ਼ਾ ਕਰੋ ਕਿ ਕੀ ਉੱਥੇ ਉਧਰੋਂ ਬਰਖਾ ਦੱਤ ਸਾਹਿਬ ਆ ਜਿਹੜੀ ਤੁਹਾਡੀ ਅੱਜ ਕੱਲ੍ਹ ਬੜੀ ਮਸ਼ਹੂਰ ਟੀਵੀ ਐਂਕਰ ਨੇ ਔਰ ਲਿਖਦੇ ਨੇ ਔਰ ਬੜੀ ਲਾਇਕ ਇਹ ਵੀ ਸਿਆਲਕੋਟ ਦੇ ਨੇ ਇਹਨਾਂ ਦਾ ਇੱਕ ਬੜਾ ਮਸ਼ਹੂਰ ਉੱਥੇ ਘਰ ਅੱਛਾ ਇਹਨਾਂ ਦਾ ਘਰ ਹਾਲੇ ਵੀ ਅਸਲ ਸੂਰਤ ਵੀ ਮਹਿਫੂਜ਼ ਹੈ ਪਿਲਰ ਪੈਲਸ ਸੇ ਇਹਨਾਂ ਦੇ ਵਾਲਿਦ ਸਾਹਿਬ ਤੇ ਬੱਚੇ ਸਨ ਜਦੋਂ ਉੱਥੋਂ ਗਏ ਲੇਕਿਨ ਇਹਨਾਂ ਦੇ ਦਾਦਾ ਸਨ ਇਹਨਾਂ ਦੇ ਦਾਦਾ ਜੀ ਸਨ ਇਹਨਾਂ ਦੇ ਪੜਦਾਦਾ ਜੀ ਸਨ ਉਹਨਾਂ ਨਾਲ ਸਾਡਾ ਬੜਾ ਤਾਲੁਕ ਸੀ ਉਹਨਾਂ ਦੇ ਨਾਲ ਉਹ ਵੀ ਉੱਥੋਂ ਦੇ ਸਿਆਲਕੋਟ ਦੇ ਸਨ ਉਹਨਾਂ ਦਾ ਇਹਦਾ ਜਿਹੜੇ ਸਨ ਵਾਲਿਦ ਸਾਹਿਬ ਉਹਨਾਂ ਦਾ ਨਾਂ ਸੀ ਕ੍ਰਿਸ਼ਨਾ ਗੋਪਾਲ ਦੱਤ ਜਿਹੜੇ ਪ੍ਰਖਾ ਦੱਤ ਦੇ ਦਾਦਾ ਜੀ ਸਨ ਉਹਨਾਂ ਦਾ ਨਾਂ ਸੀ ਕ੍ਰਿਸ਼ਨ ਗੋਪਾਲ ਦੱਤ ਜਿਹੜਾ ਉਹਨਾਂ ਦਾ ਔਰ ਜਿਹੜੇ ਸਨ ਉਹਨਾਂ ਦੇ ਜਿਹੜੇ ਸਨ ਉਹਨਾਂ ਨਾਲ ਔਰ ਉਹਨਾਂ ਦੇ ਜਿਹੜੇ ਉਹਨਾਂ ਦੇ ਵਾਲਿਦ ਸਨ ਜਿਹੜੇ ਬਰਖਾ ਦੱਤ ਦੇ ਪੜਦਾਦਾ ਸਨ ਉਹਨਾਂ ਨਾਲ ਮੇਰੇ ਪੜਦਾਦਾ ਜੀ ਦਾ ਬੜਾ ਤਾਲੁਕ ਸੀ ਉਹਨਾਂ ਦਾ ਨਾਂ ਸੀ ਪੰਡਿਤ ਵੇਸ਼ਨਾਥ ਦੱਤ ਉਹ ਸਨ ਦੂਜੇ ਪਾਸੇ ਇੱਕ ਉਸੇ ਬੜੇ ਵੱਡੇ ਲਾਇਰ ਸਨ ਉਹਨਾਂ ਦਾ ਨਾਂ ਸੀ ਲਾਲਾ ਬੇਲੀ ਰਾਮ ਉਹਨਾਂ ਦਾ ਵੀ ਪੈਰਿਸ ਰੋਡ ਦੇ ਉੱਤੇ ਬਹੁਤ ਵੱਡਾ ਮਹਿਲ ਨੁਮਾ ਮੈਨਸ਼ਨ ਬੰਗਲਾ ਸੀ ਬਰਖਾ ਦੱਤ ਸਾਹਿਬਾਂ ਦੇ ਦਾਦਾ ਜੀ ਔਰ ਪੜਦਾਦਾ ਜੀ ਦਾ ਘਰ ਵੀ ਪੈਰਿਸ ਰੋਡ ਦੇ ਹੋਏ ਓਬਰਾਏ ਇੰਡਸਟਰੀ ਸੀ ਬਹੁਤ ਵੱਡੀ ਖੇਡਾਂ ਦੀ ਇੰਡਸਟਰੀ ਸੀ ਉਹਨਾਂ ਦੇ ਸਨ ਗੰਡਾ ਸਿੰਘ ਓਬਰਾਏ ਉਹਨਾਂ ਦੀ ਵੀ ਉੱਥੇ ਉੱਥੇ ਘਰ ਸੀ ਪੈਰਿਸ ਰੋਡ ਦੇ ਉੱਤੇ ਤੇ ਇਹ ਉਹ ਇਨਵਾਇਰਮੈਂਟ ਸੀ ਸਿਆਲਕੋਟ ਦਾ ਜਿੱਥੇ ਇਹ ਲੋਕ ਬਹਿੰਦੇ ਸਨ ਲੋਕ ਮਿਲਦੇ ਸਨ ਲੋਕ ਗੱਲਾਂ ਕਰਦੇ ਸਨ ਮਹਾਰਾਜਾ ਕਸ਼ਮੀਰ ਸਾਹਿਬ ਮਹਾਰਾਜਾ ਕਸ਼ਮੀਰ ਜਿਹੜੇ ਸਨ ਉਹਨਾਂ ਦੀ ਰਿਹਾਇਸ਼ ਵੀ ਜਿਹੜੀ ਸੀ ਸਰਦੀਆਂ ਵਿੱਚ ਉਹਨਾਂ ਨੇ ਸਰਾਏ ਮਹਾਰਾਜਾ ਬਣਾਈ ਹੋਈ ਸੀ ਸਿਆਲਕੋਟ ਵਿੱਚ ਜਿਹੜਾ ਸਟੇਸ਼ਨ ਦੇ ਬਿਲਕੁਲ ਕਰੀਬ ਸੀ ਪਤਾ ਨਹੀਂ ਤੁਹਾਨੂੰ ਇਸ ਗੱਲ ਦਾ ਇਲਮ ਹੈ ਜਾਂ ਨਹੀਂ ਸਰਾਏ ਮਹਾਰਾਜਾ ਵੀ ਸੀ ਉੱਥੇ ਔਰ ਮਹਾਰਾਜਾ ਸਾਹਿਬ ਜਿਹੜੇ ਮੀਰ ਮੁਨਸ਼ੀ ਸਨ ਉਹ ਵੀ ਚੀਫ ਸੈਕਟਰੀ ਤੋਂ ਮੀਰ ਮੁਨਸ਼ੀ ਉਹ ਵੀ ਸਰਦੀਆਂ ਵਿੱਚ ਸਿਆਲਕੋਟ ਆ ਜਾਂਦੇ ਸਨ ਸਿਆਲਕੋਟੋਂ ਜੰਮੂ ਕਸ਼ਮੀਰ ਬਿਲਕੁਲ ਨਜ਼ਦੀਕ ਸੀ ਸਿੱਧੀ ਸੜਕ ਜਾਂਦੀ ਸੀ ਤੇ ਉਹ ਦੌਰ ਸੀ ਸਿਆਲਕੋਟ ਦੇ ਜਦੋਂ ਚੌਧਰੀ ਨਸਰੁੱਲਾ ਖਾਨ ਸਾਹਿਬ ਨੇ ਉੱਥੇ ਪ੍ਰੈਕਟਿਸ ਸ਼ੁਰੂ ਕੀਤੀ ਔਰ ਸਾਰਾ ਫਿਰ ਚੌਧਰੀ ਨਸਰੁੱਲਾ ਖਾਨ ਸਾਹਿਬ ਦੀ ਸ਼ਾਦੀ ਮੇਰੇ ਪੜਦਾਦਾ ਜੀ ਦੀ ਸ਼ਾਦੀ ਵੀ ਦਾਤ ਜ਼ੈਦ ਕੀ ਹੋਈ ਆਪਣੀ ਕਜ਼ਨ ਨਾਲ ਤੁਹਾਨੂੰ ਪਤਾ ਮੁਸਲਮਾਨਾਂ ਦੇ ਵਿੱਚ ਅਸੀਂ ਕਜ਼ਨ ਮੈਰਿਜ ਸਾਡੇ ਹੁੰਦੀ ਹੈ ਤੇ ਚੌਧਰੀ ਇਲਾਹੀ ਬਖਸ਼ ਸਾਹਿਬ ਬਾਜਵਾ ਦੀ ਉਹ ਬੇਟੀ ਸਨ ਔਰ ਚੌਧਰੀ ਅਬਦੁੱਲਾ ਖਾਨ ਸਾਹਿਬ ਬਾਜਵਾ ਦੀ ਭੈਣ ਸਨ ਹੁਸੈਨ ਬੀਬੀ ਉਹਨਾਂ ਦਾ ਨਾਂ ਸੀ ਹੁਸੈਨ ਬੀਬੀ ਉਹ ਮੇਰੀ ਪੜਦਾਦੀ ਜੀ ਸਨ ਤੇ ਉਹਨਾਂ ਦਾ
ਉਹ ਬਹੁਤ ਲਾਇਕ ਔਰਤ ਸਨ ਔਰ ਉਹਨਾਂ ਦਾ ਵੀ ਸਾਡੇ ਆਉਣ ਵਾਲੇ ਬਾਅਦ ਚ ਆਪਣੇ ਪੁੱਤਰਾਂ ਦੀ ਜ਼ਿੰਦਗੀ ਦੇ ਆਉਣ ਵਾਲੀ ਨਸਲਾਂ ਦੀ ਜ਼ਿੰਦਗੀ ਦੇ ਅੱਜ ਤੱਕ ਉਹਨਾਂ ਦਾ ਬਹੁਤ ਅਸਰ ਹੈ। ਉਹਨਾਂ ਦੇ ਅੱਗੇ ਚੱਲ ਕੇ ਮੈਂ ਉਹਨਾਂ ਦਾ ਵੀ ਦੱਸਾਂਗਾ। ਤੇ ਚੌਧਰੀ ਨਸਰੁੱਲਾ ਖਾਨ ਸਾਹਿਬ ਉੱਥੇ ਸਿਆਲਕੋਟ ਦੇ ਨੰਬਰ ਵਨ ਵਕੀਲ ਸਨ, ਨੰਬਰ ਵਨ ਦੀਵਾਨੀ ਦੇ। ਫੌਜਦਾਰੀ ਵਿੱਚ ਜਿਹੜੇ ਨੰਬਰ ਦੂਜੇ ਪਾਸੇ ਜਿਹੜੇ ਵਕੀਲ ਸਨ ਉਹ ਸਨ ਲਾਲਾ ਬੇਲੀ ਰਾਮ, ਜਿਹੜੇ ਜਿਨ੍ਹਾਂ ਦੇ ਬੇਟੇ ਸਨ ਬੈਰਿਸਟਰ ਸੀ ਰਾਏ, ਚਰਨਜੀਤ ਰਾਏ, ਜਿਹੜੇ ਪੰਜਾਬ ਲੈਜਿਸਲੇਟਿਵ ਕੌਂਸਲ ਦੇ ਮੈਂਬਰ ਸਨ, ਜਦੋਂ ਪੰਜਾਬ ਅਸੈਂਬਲੀ ਦੇ ਮੈਂਬਰ ਸਨ ਜੋ ਮਾਈਗ੍ਰੇਟ ਕਰਕੇ ਗਏ। ਅੱਜ ਵੀ ਉਹ ਜਾ ਕੇ ਇੱਥੋਂ ਜਲੰਧਰ ਬੈਠੇ ਸਨ। ਮੈਨੂੰ ਹੁਣ ਉਹਨਾਂ ਦੇ ਖਾਨਦਾਨ ਨਾਲ ਮੇਰਾ ਰਾਬਤਾ ਕੋਈ ਨਹੀਂ, ਸ਼ਾਇਦ ਤੁਸੀਂ ਲੱਭ ਲਵੋ। ਉਹਨਾਂ ਦੇ ਨਾਮ ਦਾ ਵਜ਼ੀਫਾ ਹਲੇ ਵੀ ਬੈਰਿਸਟਰ ਸੀ ਰਾਏ ਸਕਾਲਰਸ਼ਿਪ, ਬੈਰਿਸਟਰ ਆਫ ਸਿਆਲਕੋਟ ਸਕਾਲਰਸ਼ਿਪ ਹਲੇ ਵੀ ਉਹ LLM ਦੇ ਲਾਇਕ ਤਲਬਾ ਨੂੰ ਮਿਲਦਾ ਹੈ, ਹਲੇ ਵੀ। ਵਾਹ ਜੀ ਵਾਹ, ਠੀਕ ਹੈ। ਉਹ ਬੈਰਿਸਟਰ ਉਹਨਾਂ ਨੂੰ ਅੰਦਰ ਬੈਰਿਸਟਰ ਸੀ ਰਾਏ, ਪੂਰਾ ਨਾਂ ਸੀ ਬੈਰਿਸਟਰ ਚਰਨਜੀਤ ਰਾਏ, ਔਰ ਉਹਨਾਂ ਦੇ ਵਾਲਦ ਦਾ ਨਾਂ ਸੀ ਲਾਲਾ ਬੇਲੀ ਰਾਮ। ਪਿਛਲੇ ਦਿਨਾਂ ਇੱਥੇ ਸਿਆਲਕੋਟ ਵਾਲੇ ਇੱਕ ਦੋਸਤਾਂ ਨੇ ਤਾਰੀਖ ਲਿਖਦੇ ਪਏ ਨੇ, ਦਾਊਦ ਜ਼ਫਰ ਸਾਹਿਬ, ਉਹਨਾਂ ਨੇ ਸਿਆਲਕੋਟ ਦੀ ਤਾਰੀਖ ਤੇ ਬੜਾ ਉਹਨਾਂ ਨੂੰ ਪੁਰਾਣਾ ਉਹ ਸਿਕੰਦਰ ਆਜ਼ਮ ਔਰ ਮਹਾਰਾਜਾ ਪੁਰ ਸੋਨਾਲ ਜੋ ਜੋ ਲੋਕ ਸਿਆਲਕੋਟ ਆਉਂਦੇ ਰਹੇ ਉਹਨਾਂ ਨੂੰ ਬਹੁਤ ਇਲਮ ਇਸ ਗੱਲ ਦਾ, ਕਿਸੇ ਵਕਤ ਤੁਸੀਂ ਉਹ ਤੁਹਾਨੂੰ ਉਹ ਵੀ ਦੱਸ ਸਕਦੇ ਨੇ। ਲੇਕਿਨ ਅਕਸਰ ਉਹ ਮੇਰੇ ਨਾਲ ਗੱਲ ਕਰਦੇ ਨੇ 47 ਦੇ ਪਹਿਲਾਂ ਦੇ ਸਿਆਲਕੋਟ ਦੀ, ਅਕਸਰ ਮੇਰੇ ਕੋਲ ਚੀਜ਼ਾਂ ਪੁੱਛਦੇ ਨੇ ਕਈ ਦਫ਼ਾ ਕਿ ਇਹਦਾ ਕੀ ਮਤਲਬ ਤੁਹਾਡੇ ਸਾਹਿਬ ਤੁਹਾਡਾ ਕੀ ਖਿਆਲ ਹੈ, ਕਿਉਂਕਿ ਉਹਨਾਂ ਨੂੰ ਪਤਾ ਹੈ। ਅੱਛਾ, ਜਿੰਨੀਆਂ ਮੇਰੀ ਇਨਫੋਰਮੇਸ਼ਨ ਹੈ ਸਾਰੀ ਸਾਡੀ ਸੀਨਾ ਬਸੀਨਾ ਚੱਲਦੀ ਇਨਫੋਰਮੇਸ਼ਨ, ਜਿਹੜੀ ਮੇਰੇ ਬਾਪ ਦਾਦਾ ਤੋਂ ਮੇਰੇ ਤੱਕ ਆਈ ਹੈ, ਇਹ ਸਾਰੀਆਂ ਗੱਲਾਂ ਸਾਂ ਇਹ ਸਾਡੀ ਗੂਗਲ ਦੀ ਜਾਂ ਕਿਤਾਬਾਂ ਦੀ ਇਨਫੋਰਮੇਸ਼ਨ ਨਹੀਂ, ਇਹ ਹੋਵੇ ਜਿਹੜੀ ਪਿਓ ਦਾਦੇ ਸੁਣੀ। ਮਸਲਨ ਬਾਬਾ ਜੀ ਜ਼ਫਰੁੱਲਾ ਖਾਨ ਆਪਣੀ ਕਿਤਾਬ ਵਿੱਚ ਬੈਰਿਸਟਰ ਚਰਨਜੀਤ ਰਾਏ ਸੀ ਰਾਏ ਦਾ ਜ਼ਿਕਰ ਕੀਤਾ ਹੈ ਔਰ ਉਹਨਾਂ ਦੇ ਵਾਲਦ ਲਾਲਾ ਬੇਲੀ ਰਾਮ ਦਾ ਜ਼ਿਕਰ ਕੀਤਾ ਹੈ। ਬਲਕਿ ਉਹ ਕਹਿੰਦੇ ਨੇ ਕਿ ਉਹਨਾਂ ਦੀ ਇੰਨੀ ਪ੍ਰੈਕਟਿਸ ਸੀ ਔਰ ਇਤਨੇ ਅੱਛੇ ਵਕੀਲ ਸਨ ਪਿਓ ਪੁੱਤਰ ਕਿ ਬਾਜ਼ ਔਕਾਤ ਦੋ ਮੁਖਾਲਿਫ ਗਰੁੱਪ, ਦੋ ਮੁਖਾਲਿਫ ਪਾਰਟੀਆਂ ਇੱਕ ਪਿਓ ਨੂੰ ਵਕੀਲ ਕਰ ਲੈਂਦੇ ਸੀ, ਇੱਕ ਪੁੱਤਰ ਨੂੰ ਕਰ ਲੈਂਦੇ ਸੀ। ਵਾਹ ਜੀ, ਬੈਰਿਸਟਰ ਸੀ ਰਾਏ ਨੂੰ ਔਰ ਉਹਨਾਂ ਦੇ ਵਾਲਦ ਲਾਲਾ ਬੇਲੀ ਰਾਮ ਨੂੰ, ਪੰਡਿਤ ਬੇਲੀ ਰਾਮ ਵੀ ਉਹਨਾਂ ਦੇ ਸਨ, ਔਰ ਇਹਨਾਂ ਦਾ ਬਹੁਤ ਵੱਡਾ ਘਰ ਸੀ ਪੈਰਿਸ ਰੋਡ ਦੇ ਉੱਤੇ, ਔਰ ਉਸ ਘਰ ਦਾ ਨਾਂ ਤੁਹਾਨੂੰ ਮੈਂ ਅੱਜ ਵੀ ਦੱਸ ਸਕਦਾ ਕਿ ਮੇਰੇ ਦੋਸਤਾਂ ਸਿਆਲਕੋਟ ਵਾਲੇ ਨਹੀਂ ਸੀ ਪਤਾ, ਮੈਂ ਦੱਸਿਆ ਸੀ ਉਹਦਾ ਨਾਂ ਆਨੰਦ ਵੇਲਾ ਸੀ। ਆਨੰਦ ਵੇਲਾ ਮਹਿਲ ਨੁਮਾ ਘਰ ਸਨ ਜਿਹੜਾ ਅੱਜ ਸਾਡਾ ਡਿਸਟ੍ਰਿਕਟ ਐਂਡ ਸੈਸ਼ਨ ਜੱਜ ਹਾਊਸ ਹੈ, ਹੋਵੇ। ਮੈਂ ਉਹ ਘਰ ਵੇਖਿਆ ਹੋਇਆ, ਮੈਂ ਬੈਰਿਸਟਰ ਸੀ ਰਾਜ ਵੇਲੇ ਨੀ ਵੇਖਿਆ, ਮੈਂ ਸੈਸ਼ਨ ਜੱਜ ਦੌਰ ਵਿੱਚ ਵੇਖਿਆ ਹੋਇਆ ਮੈਂ ਸਾਰਾ। ਤੇ ਉਹ ਲੋਕ ਸਨ ਸਨ ਜਨਾਬ ਸਾਡੇ ਸਿਆਲਕੋਟ ਵਿੱਚ ਜਿਹੜੇ ਕੁਲਦੀਪ ਨਈਅਰ ਸਾਹਿਬ ਸਨ, ਇਹ ਵੀ ਸਾਡੇ ਸਿਆਲਕੋਟ ਦੇ ਸਨ, ਬਿਲਕੁਲ ਸਿਆਲਕੋਟ ਸ਼ਹਿਰ ਦੇ। ਇਹਨਾਂ ਦੀ ਇੱਥੇ ਨਈਅਰ ਮਾਰਕੀਟ ਹੁੰਦੀ ਸੀ, ਇਹਨਾਂ ਦੀ ਇੱਥੇ ਨਈਅਰ ਮਾਰਕੀਟ ਸੀ ਇਹਨਾਂ ਦੀ, ਔਰ ਬੜੀ ਮਸ਼ਹੂਰ ਸੀ, ਔਰ ਬੜੇ ਸੋਫਿਸਟੀਕੇਟਡ ਲੋਕ ਸਨ, ਬੜੇ ਪੜ੍ਹੇ ਲਿਖੇ। ਇਹਨਾਂ ਦੇ ਵਾਲਦ ਡਾਕਟਰ ਸਨ ਉਸ ਜ਼ਮਾਨੇ, ਡਾਕਟਰ ਗੁਰਬਚਨ ਸਿੰਘ, ਡਾਕਟਰ ਗੁਰਬਚਨ ਨਈਅਰ। ਤੇ ਉਹ ਦੌਰ ਸੀ ਸਿਆਲਕੋਟ ਦੇ ਉੱਤੇ ਜੀ, ਸਿਆਲਕੋਟ ਦਾ, ਜਿਹਦੇ ਵਿੱਚ ਮੁਸਲਮਾਨ, ਹਿੰਦੂ, ਸਿੱਖ ਸਭ ਮਿਲਦੇ ਸਨ। ਉਹ ਬੜਾ ਕਮਾਲ ਦਾ ਦੌਰ ਸੀ। ਤੇ ਉੱਥੇ ਫਿਰ ਚੌਧਰੀ ਨਸਰੁੱਲਾ ਖਾਨ ਨੇ ਵਕਾਲਤ ਕੀਤੀ, ਉੱਥੇ ਰਹੇ, ਉਸ ਮਾਹੌਲ ਵਿੱਚੋਂ ਹੀ ਜ਼ਫਰੁੱਲਾ ਖਾਨ ਔਰ ਮੇਰੇ ਦਾਦੇ ਪਲੇ। ਉਹਨਾਂ ਲੋਕਾਂ ਨਾਲ ਡਸਕੇ ਤੋਂ ਸਿਆਲਕੋਟ ਸਾਰਾ 15 ਮੀਲ ਸੀ, 10 ਕੋਹ ਸੀ, ਆਉਣਾ ਜਾਣਾ ਹੈ ਸੀ, ਕਾਰਾਂ ਸਨ, ਘੋੜੇ ਸਨ, ਟਾਂਗੇ ਸਨ, ਆਉਂਦੇ ਜਾਂਦੇ ਸਨ। ਉਸ ਜ਼ਮਾਨੇ ਮੇਰੇ ਪੜਦਾਦਾ ਜੀ ਕੋਲ ਵੀ ਕਾਰ ਸੀ, ਉਸ ਜ਼ਮਾਨੇ ਵਿੱਚ ਵੀ, ਜਦੋਂ ਕਿ ਤੁਸੀਂ ਸਮਝਦੇ ਹੋ ਕਿ ਉਦੋਂ ਰੇਸੀ ਟਾਂਗਾ ਹੋਣਾ ਬੜੀ ਵੱਡੀ ਗੱਲ ਸੀ, ਕਾਰ ਤੇ ਦੂਰ ਦੀ ਗੱਲ ਹੈ। ਉਦੋਂ ਲੋਕ ਮਿਸਾਲ ਦਿੰਦੇ ਸਨ ਕਿ ਫਲਾਣੇ ਦਾ, ਅੱਜ ਵੀ, ਕਿ ਫਲਾਣੇ ਦੇ ਦਾਦੇ ਕੋਲ ਰੇਸੀ ਟਾਂਗਾ ਸੀ ਜੀ ਜੀ। ਤੇ ਉਹ ਫਿਰ ਉੱਥੇ ਫਿਰ ਬਾਬਾ ਜੀ ਜ਼ਫਰੁੱਲਾ ਖਾਨ ਵੀ ਸਿਆਲਕੋਟ ਜੰਮੇ ਸਨ। ਬਹੁਤ ਸਾਰੇ ਲੋਕ ਸਮਝਦੇ ਨੇ ਕੋਈ ਡਸਕਾ ਪੈਦਾ ਹੋਏ ਸਨ, ਨਹੀਂ, ਉਹ ਸਿਆਲਕੋਟ ਪੈਦਾ ਹੋਏ। ਉਦੋਂ ਸਿਆਲਕੋਟ ਮਿਊਨਿਸਪੈਲਿਟੀ ਹੁੰਦੀ ਸੀ ਜੀ, ਮਿਊਨਿਸਪੈਲਿਟੀ ਹੁੰਦੀ ਸੀ, ਮਿਊਨਿਸਪਲ ਕਮੇਟੀ ਹੁੰਦੀ ਸੀ। ਤੇ ਮੇਰੇ ਪੜਦਾਦਾ ਜੀ ਜੋ ਨਸਰੁੱਲਾ ਖਾਨ ਸਾਹਿਬ ਸਿਆਲਕੋਟ ਦੇ ਮਿਊਨਿਸਪੈਲਿਟੀ ਦੇ ਵਾਈਸ ਪ੍ਰੈਜੀਡੈਂਟ ਵੀ ਰਹੇ ਨੇ। ਵਾਈਸ ਪ੍ਰੈਜੀਡੈਂਟ ਦਾ ਮਤਲਬ ਹੈ ਚੇਅਰਮੈਨ। ਉਦੋਂ ਜਿਹੜਾ ਪ੍ਰੈਜੀਡੈਂਟ ਹੁੰਦਾ ਸੀ, ਜਿਹੜਾ ਪ੍ਰੈਜੀਡੈਂਟ ਹੁੰਦਾ ਸੀ, ਉਹ ਅੰਗਰੇਜ਼ ਡਿਪਟੀ ਕਮਿਸ਼ਨਰ ਹੁੰਦਾ ਸੀ। ਯਾਨੀ ਸਭ ਤੋਂ ਵੱਡੀ ਇਲੈਕਟਿਡ ਪੋਸਟ ਹੀ ਵਾਈਸ ਪ੍ਰੈਜੀਡੈਂਟ ਦੀ ਹੁੰਦੀ ਸੀ। ਪ੍ਰੈਜੀਡੈਂਟ ਦੀ ਪੋਸਟ ਹੁੰਦੀ ਹੀ ਨਹੀਂ, ਪ੍ਰੈਜੀਡੈਂਟ ਦੀ ਪੋਸਟ ਹੁੰਦੀ ਸੀ ਲੇਕਿਨ ਉਹ ਡਿਪਟੀ ਕਮਿਸ਼ਨਰ ਦੀ ਹੁੰਦੀ ਸੀ, ਆਪਣੇ ਆਪ ਉਹਦੇ ਵਾਸਤੇ ਇਲੈਕਸ਼ਨ ਨਹੀਂ ਹੁੰਦਾ। ਔਰ ਮਜ਼ੇ ਦੀ ਗੱਲ ਹੈ ਵੇ, ਉਦੋਂ ਪੂਰੇ ਸਿਆਲਕੋਟ ਵਿੱਚ 22 ਜਾਂ 23, ਅਗਰ ਮੈਨੂੰ ਗਲਤੀ ਲੱਗਦੀ, 22 22 ਜਾਂ 23 ਵਾਰਡ ਸਨ, 22 ਜਾਂ 23 ਵਾਰਡ ਸਨ। ਤੇ ਉਹਨਾਂ 22 ਚੌਧਰੀ ਨਸਰੁੱਲਾ ਖਾਨ ਸਾਹਿਬ ਆਪਣੇ ਡਸਕਾ ਛੱਡ ਕੇ ਸਿਆਲਕੋਟ ਜਾ ਕੇ ਤੇ ਉੱਥੋਂ ਉਹ ਕੌਂਸਲਰ ਹੁੰਦੇ ਸਨ ਔਰ ਸਿਆਲਕੋਟ ਦੇ ਚੇਅਰਮੈਨ ਜਾਂ ਮੇਅਰ ਹੁੰਦੇ ਸਨ। ਮੈਂ ਵਾਈਸ ਪ੍ਰੈਜੀਡੈਂਟ ਤਾਂ ਪਹਿਲਾਂ, ਲੋਕਾਂ ਨੂੰ ਸਮਝ ਨਹੀਂ, ਅਸਲ ਲਫ਼ਜ਼ ਤੋਂ ਵਾਈਸ ਪ੍ਰੈਜੀਡੈਂਟ ਸੀ,
ਪ੍ਰੈਜ਼ੀਡੈਂਟ ਡਿਪਟੀ ਕਮਿਸ਼ਨਰ ਹੁੰਦਾ ਸੀ, ਲੇਕਿਨ ਅੱਜ ਕੱਲ੍ਹ ਦੇ ਦੌਰ ਵਿੱਚ ਸਮਝਾਉਣ ਵਾਸਤੇ ਤੁਸੀਂ ਕਹਿ ਲਓ ਕਿ ਉਹ ਸਿਆਲਕੋਟ ਦੇ ਮੇਅਰ ਸਨ ਜਾਂ ਸਿਆਲਕੋਟ ਦੇ ਉਹ ਚੇਅਰਮੈਨ ਸਨ, ਔਰ ਉਦੋਂ ਚੇਅਰਮੈਨ ਦਾ ਇਲੈਕਸ਼ਨ ਹਰ ਸਾਲ ਹੁੰਦਾ ਸੀ, ਹਰ ਸਾਲ। ਤੇ ਚੋਈ ਨਸਰੁੱਲਾ ਖਾਨ ਸਾਹਿਬ ਕਈ ਸਾਲ ਤੱਕ ਚੇਅਰਮੈਨ ਰਹੇ ਨੇ, 1904 ਵਿੱਚ ਉਹਨਾਂ ਫਿਰ ਅਸਤੀਫਾ ਦਿੱਤਾ ਸੀ ਚੇਅਰਮੈਨਸ਼ਿਪ ਤੋਂ ਖੁਦ, ਤੇ ਫਿਰ ਉਹ ਉੱਥੋਂ ਛੱਡ ਕੇ ਅਸਤੀਫਾ ਦੇ ਕੇ ਤੇ ਫਿਰ ਉਹ ਆ ਗਏ ਸਨ। ਉਸ ਜ਼ਮਾਨੇ ਵਿੱਚ ਚੋਈ ਨਸਰੁੱਲਾ ਖਾਨ ਸਾਹਿਬ ਨੂੰ ਇਜਾਜ਼ ਹਾਸਲ ਸੀ ਕਿ ਚੋਈ ਸਾਹਿਬ ਚੂੰਕਿ ਅਸਰ ਵੀ ਬਹੁਤ ਰੱਖਦੇ ਸਨ, ਸਾਈ ਕਬੀਲੇ ਦੇ ਸਰਦਾਰ ਵੀ ਸਨ, ਪੜ੍ਹੇ ਲਿਖੇ ਵਕੀਲ ਵੀ ਸਨ, ਔਰ ਉਹਨਾਂ ਨੂੰ ਗੱਲਬਾਤ ਕਰਨੀ ਵੀ ਆਉਂਦੀ ਸੀ, ਮੁਆਸ਼ਰੇ 'ਚ ਮੁਕਾਮ ਵੀ ਸੀ। ਤੇ ਉਸ ਜ਼ਮਾਨੇ 'ਚ ਜਿਹੜਾ ਕਿਲ੍ਹਾ ਸਿਆਲਕੋਟ ਸੀ ਉੱਥੇ ਕਈ ਵਾਰੀ ਬੜੀ ਅਹਿਮ ਪਰਿਆ ਪੰਚਾਇਤ ਹੁੰਦੀ ਸੀ ਵੱਡੇ ਵੱਡੇ ਚੌਧਰੀਆਂ ਦੀ, ਸਰਦਾਰਾਂ ਦੀ। ਤੇ ਜਿਸ ਪਰਿਆ ਪੰਚਾਇਤ ਵਿੱਚ ਚੋਈ ਨਸਰੁੱਲਾ ਖਾਨ ਸਾਹਿਬ ਹੁੰਦੇ ਸਨ, ਮੋਸਟਲੀ ਉਹਨੂੰ ਉਹ ਪ੍ਰਿਜ਼ਾਈਡ ਕਰਦੇ ਸਨ, ਉਹਨੂੰ ਉਸ ਪਰਿਆ ਨੂੰ ਉਹ ਹੈੱਡ ਕਰਦੇ ਸਨ, ਉਹਨੂੰ ਸਾਹਮਣੇ ਵੱਡੇ ਵੱਡੇ ਚੌਧਰੀ ਸਰਦਾਰ ਸਾਰੇ ਮੌਜੂਜ਼ ਖਾਨਦਾਨਾਂ ਦੇ ਲੋਕ ਬੈਠ, ਜਿਹਦੇ ਵਿੱਚ ਸਿਰਾਂ ਵਾਲੇ ਵਾਲੇ ਸਨ, ਕਲਾਸ ਵਾਲੇ ਵੀ ਸਨ, ਡਸਕੇ ਵਾਲੇ ਵੀ ਸਨ, ਹੋਰ ਸਾਡੇ ਇਲਾਕੇ ਦੇ ਜਿਹੜੇ ਮੁਸਲਮਾਨ ਚੌਧਰੀ ਨੇ ਕੋਟਿੰਗ ਉਹਨਾਂ ਵਾਲੇ ਵੀ ਸਨ, ਬਦੋਕਿਆਂ ਵਾਲੇ ਵੀ ਸਨ, ਸਤਰਾ ਵਾਲੇ ਵੀ ਸਨ, ਮੁਸਲਿਮ ਲੋਕਾਂ ਦੁਲਮ ਵਾਲੇ ਵੀ ਸਨ, ਚੋਈ ਸ਼ਾਬੂਦੀਨ ਸਾਹਿਬ ਸਾਰੇ ਉਹਨਾਂ ਸਨ। ਬਲਕਿ ਇੱਕ ਹੁਣ ਮੈਂ ਆਪਣੇ ਪੜਦਾਦੀ ਦੇ ਦੋਸਤ ਦਾ ਨਾਮ ਲੈਣਾ ਭੁੱਲ ਗਿਆ, ਉਹਨਾਂ ਦਾ ਨਾਂ ਸੀ ਸਰ ਮੁਹੰਮਦ ਸ਼ਫੀ, ਉਹ ਐਗਜੈਕਟਿਵ ਕੌਂਸਲ ਦੇ ਵਾਇਸ ਦੇ ਐਗਜੈਕਟਿਵ ਕੌਂਸਲ ਦੇ ਮੈਂਬਰ ਵੀ ਰਹੇ ਨੇ ਉਹ। ਬਲਕਿ ਉਹਨਾਂ ਤੋਂ ਇੰਨਾ ਪਿਆਰ ਸੀ ਮੇਰੇ ਪੜਦਾਦਾ ਜੀ ਨਾਲ ਕਿ ਉਹ ਉਸ ਤੋਂ ਬਾਅਦ ਮੇਰੇ ਪੜਦਾਦਾ ਜੀ ਦੀ ਵਫਾਤ ਤੋਂ ਬਾਅਦ ਵੀ ਮੇਰੇ ਦਾਦਾ ਜੀ ਚੋਈ ਜ਼ਫਰੁੱਲਾ ਖਾਨ ਸਾਹਿਬ ਨੂੰ ਜਿਹੜੇ ਉਹਨਾਂ ਤੋਂ ਜੂਨੀਅਰ ਸਨ, ਉਹਨਾਂ ਨੂੰ ਹਮੇਸ਼ਾ ਪਿਆਰ ਨਾਲ ਆਪਣੇ ਦੋਸਤ ਦੇ ਨਾਂ ਤੇ, ਉਹਨਾਂ ਦੇ ਵਾਲਿਦ ਦੇ ਨਾਂ ਤੇ ਪਿਆਰ ਨਾਲ ਨਸਰੁੱਲਾ ਖਾਨ ਕਹਿ ਕੇ ਬੁਲਾਉਂਦੇ ਸਨ, ਬਾਬੇ ਜ਼ਫਰੁੱਲਾ ਖਾਨ। ਔਰ ਚੋਈ ਨਸਰੁੱਲਾ ਖਾਨ ਸਾਹਿਬ ਇੰਨੇ ਜ਼ਹੀਨ ਆਦਮੀ ਸਨ ਕਿ ਉਹਨਾਂ ਨੇ ਕੁਰਾਨ ਹਿਫਜ਼ ਕੀਤਾ ਸੀ, ਕੁਰਾਨ ਹਿਫਜ਼ ਕਰਨਾ ਸਮਝਦੇ ਹੋ ਸਾਹਿਬ, ਜ਼ੁਬਾਨੀ ਕੁਰਾਨ ਯਾਦ ਕੀਤਾ, ਬਿਲਕੁਲ, ਔਰ ਕਿਸ ਵਕਤ ਕੀਤਾ ਸੀ ਉਹਨੇ, ਜ਼ਿਆਦਾ ਬੱਚੇ ਆਮ ਤੌਰ ਤੇ ਹਿਫਜ਼ ਕਰ ਲੈਂਦੇ ਨੇ ਛੋਟੀ ਉਮਰ ਵਿੱਚ, ਉਹਨਾਂ ਨੇ ਬੁੱਢੇ ਬਾਰੇ ਹਿਫਜ਼ ਕੀਤਾ ਸੀ ਰਿਟਾਇਰਡ ਹੋਣ ਤੋਂ ਬਾਅਦ, ਔਰ ਉਹਨਾਂ ਨੇ ਆਪਣੀ ਲਾਅ ਪ੍ਰੈਕਟਿਸ ਉਦੋਂ ਛੱਡੀ ਸੀ ਜਦੋਂ ਅਰੂਜ ਤੇ ਸਨ, ਔਰ ਲੋਕਾਂ ਸਭ ਨੇ ਕਿਹਾ ਸੀ ਦੋਸਤਾਂ ਨੇ ਕਿ ਪੇ ਕਰਦੇ ਚੋਈ ਸਾਹਿਬ, ਤੁਹਾਡੀ ਤੇ ਇੰਨੀ ਆਮਦਨ ਹੈ। ਔਰ ਉਸ ਜ਼ਮਾਨੇ 'ਚ ਵਕੀਲ ਬਹੁਤ ਅਮੀਰ ਆਦਮੀ ਹੁੰਦਾ ਸੀ, ਥੋੜੇ ਵਕੀਲ ਹੁੰਦੇ ਸਨ, ਔਰ ਵਕੀਲ ਮੁਆਸ਼ਰੇ ਦੇ ਅਮੀਰ ਤਰੀਨ ਲੋਕ ਹੁੰਦੇ ਸਨ। ਸਿਆਲਕੋਟ ਵਿੱਚ ਜਿੰਨੀ ਵੱਡੀਆਂ ਕੋਠੀਆਂ ਸਨ ਵਕੀਲਾਂ ਦੀਆਂ ਸਨ, ਚਾਹੇ ਉਹ ਬੈਰਿਸਟਰ ਸੀ ਰਾਏ ਦੀ ਸੀ, ਭਾਵੇਂ ਉਹ ਕਿਸੇ ਹੋਰ ਦੀ ਸੀ, ਉਹ ਵਕੀਲ ਬੜੇ ਅਮੀਰ ਲੋਕ ਹੁੰਦੇ ਸਨ। ਜਿਸ ਤੁਸੀਂ ਮੁਹੰਮਦ ਅਲੀ ਜਨਾਹ ਦਾ ਸੁਣ ਲਓ, ਕਾਇਦਾਜ਼ ਮੁਹੰਮਦ ਅਲੀ ਜਨਾਹ ਦਾ, ਹੋਰ ਲੋਕਾਂ ਦਾ ਵਕਾਲਤ ਉਸ ਵੇਲੇ ਬੜਾ, ਉਹ ਬਲਕਿ ਜ਼ਮੀਨੀ ਤੌਰ ਤੇ ਮੈਨੂੰ ਗੱਲ ਵੀ ਉਹਨੂੰ ਯਾਦ ਆ ਗਈ ਹੈ। ਚੋਈ ਸਾਹਿਬ ਮੇਰੇ ਜਿਹੜੇ ਪੜਦਾਦਾ ਜੀ ਸਨ ਔਰ ਮੇਰੇ ਉਹਨਾਂ ਦੇ ਵਾਲੇ ਚੋ ਸਿਕੰਦਰ ਖਾਨ, ਇਹ ਬੜੇ ਨੇਕ ਲੋਕ ਸਨ, ਮਜ਼ਹਬ ਤੇ ਅਮਲ ਕਰਨ ਵਾਲੇ, ਮਜ਼ਹਬ ਤੇ ਅਮਲ ਕਰਨ ਵਾਲੇ, ਅੱਛਾ ਮਜ਼ਹਬ ਨੂੰ ਸਮਝਣ ਵਾਲੇ, ਮਜ਼ਹਬ ਤੇ ਅੱਛੇ ਤਰੀਕੇ ਨਾਲ ਅਮਲ ਕਰਨ ਵਾਲੇ, ਸਖਤਗੀਰ ਨਹੀਂ ਸਨ, ਨਾ ਹੀ ਐਕਸਟ੍ਰੀਮਿਸਟ ਸਨ। ਲੇਕਿਨ ਜਿਸ ਤਰ੍ਹਾਂ ਸਿੱਖ, ਜਿਸ ਤਰ੍ਹਾਂ ਸਰਦਾਰ ਸ਼ਿਵਦੇਵ ਸਿੰਘ ਸਾਹਿਬ ਜਿਹੜੇ ਨੇ ਮੋਰਾਂ ਵਾਲੀ ਕੋਠੀ ਵਾਲੇ, ਦੋ ਭਰਾ ਸਨ, ਦਾਦਾ ਸ਼ਿਵਦੇਵ ਸਿੰਘ ਤੇ ਦਾਦਾ ਰਿਸ਼ਪਾਲ ਸਿੰਘ, ਦਾਦਾ ਜੀ ਰਿਸ਼ਪਾਲ ਸਿੰਘ ਮਰੰਜਾ ਬਣਾ ਸਨ, ਸਭ ਕੁਝ ਕਰ ਲੈਂਦੇ ਸਨ, ਲੇਕਿਨ ਦਾਦਾ ਜੀ ਸ਼ਿਵਦੇਵ ਸਿੰਘ ਜਿਹੜੇ ਸਾਨੂੰ ਬੜੇ ਮਜ਼ਹਬੀ ਨੇਕ ਆਦਮੀ ਸਨ, ਅੱਬਾ ਜੀ ਸਾਨੂੰ ਦੱਸਦੇ ਨੇ ਕਿ ਦਾਦਾ ਸ਼ਿਵਦੇਵ ਸਿੰਘ ਬਹੁਤ ਨੇਕ ਆਦਮੀ ਸਨ। ਚੌਧਰੀ ਨਸਰੁੱਲਾ ਖਾਨ ਸਾਹਿਬ ਜਿਹੜੇ ਸਨ, ਉਹ ਆਪਣੀ ਮਸਜਿਦ ਦੇ ਡਸਕੇ ਦੇ, ਜਦੋਂ ਡਸਕੇ ਹੁੰਦੇ ਸਨ ਤੇ ਇਮਾਮਤ ਵੀ ਕਰਦੇ ਸਨ, ਉਹ ਤੁਸੀਂ ਬੜਾ ਘੱਟ ਵੇਖਿਆ ਹੋਣਾ ਚੌਧਰੀ ਹੋਵੇ ਤੇ ਇਮਾਮ ਹੋਵੇ। ਤੇ ਚੌਧਰੀ ਨਸਰੁੱਲਾ ਖਾਨ ਸਾਹਿਬ ਦੀ ਬੀਬੀ ਦਾ ਨਾਂ ਸੀ ਹੁਸੈਨ ਬੀਬੀ, ਜਿਹੜੀ ਮੇਰੀ ਪੜਦਾਦੀ ਜੀ ਸਨ। ਇਹਨਾਂ ਦੇ ਚਾਰ ਪੁੱਤਰ ਸਨ ਤੇ ਇੱਕ ਧੀ ਸੀ ਇਹਨਾਂ ਦੇ, ਹੁਣ ਹੌਲੀ ਹੌਲੀ ਸੀ ਥੱਲੇ ਆ ਰਹੇ ਹਾਂ। ਇਹਨਾਂ ਦੇ ਜਿਹੜੇ ਪੁੱਤਰ ਸਨ, ਖੁਦਾ ਨੇ ਐਸਾ ਉਹਨਾਂ ਚਵਾਂ ਪੁੱਤਰਾਂ ਦੇ ਫਜ਼ਲ ਕੀਤਾ, ਔਰ ਐਸੇ ਉਹ ਆਉਂਦੇ ਨੇ ਕਿ ਪੰਜਾਬੀ ਦਾ ਇੱਕ ਮੁਹਾਵਰਾ ਹੈ ਕਿ ਬੱਲੇ ਦਾ ਬੱਲਾ ਨਾ ਹੋਵੇ ਤੇ ਮੱਥੇ ਤੇ ਫੁੱਲੀ ਜ਼ਰੂਰ ਹੁੰਦੀ ਹੈ। ਇਹਦਾ ਤਰਜਮਾ ਤੁਹਾਨੂੰ ਤਾਂ ਆਉਂਦਾ ਹੋਵੇਗਾ ਤੇ ਮੈਂ, ਲੇਕਿਨ ਦੂਜੇ ਲੋਕਾਂ ਨੂੰ ਸਮਝਾਉਣ ਵਾਸਤੇ ਥੋੜ੍ਹਾ ਦੱਸ ਦੇਣਾ, ਤਾਂ ਕਿ ਜਿਹੜੇ ਮੇਰੇ ਕਈਆਂ ਭਰਾਵਾਂ ਨੂੰ ਨਾ ਸਮਝ ਆਵੇ, ਕਿ ਉਹ ਘੋੜਿਆਂ ਦਾ ਮੱਥਾ ਚਿੱਟਾ ਹੁੰਦਾ ਨਾ ਸਾਹਮਣੇ, ਉਹ ਆਉਂਦੇ ਨੇ ਕਿ ਜਿਸ ਘੋੜੇ ਦਾ ਮੱਥਾ ਬੜਾ ਚਿੱਟਾ ਹੋਵੇ ਉਹਦੇ ਜਿਹੜੇ ਅੱਗੋਂ ਬੱਚੇ ਹੋਣਗੇ ਉਹਨਾਂ ਦਾ ਅਗਰ ਪੂਰਾ ਚਿੱਟਾ ਨਾ ਵੀ ਹੋਵੇ ਤੇ ਫਿਰ ਵੀ ਕੁੱਝ ਨਾ ਕੁੱਝ ਚਿੱਟਿਆਈ ਪਿਓ ਤਾਂ ਜ਼ਰੂਰ ਜਾਵੇਗੀ, ਕਿ ਉਸੇ ਘੋੜੇ ਦੇ ਬੱਚੇ ਨੇ ਤੇ ਉਸ ਤਰ੍ਹਾਂ ਹੀ ਚੰਗੇ ਨਸਲੀ ਨੇ। ਚੌਧਰੀ ਨਸਰੁੱਲਾ ਖਾਨ ਦੇ ਚਾਰ ਪੁੱਤਰ ਸਨ ਤੇ ਇੱਕ ਧੀ ਸੀ। ਚੌਧਰੀ ਨਸਰੁੱਲਾ ਖਾਨ ਦੇ ਵੱਡੇ ਪੁੱਤਰ ਨਾਂ ਸੀ ਚੌਧਰੀ ਸਰ ਮੁਹੰਮਦ ਜ਼ਫਰੁੱਲਾ ਖਾਨ। ਉਸ ਬੰਦੇ ਨੇ ਦੁਨੀਆਂ ਵਿੱਚ, ਹਿੰਦੁਸਤਾਨ ਪਾਕਿਸਤਾਨ ਨਹੀਂ ਹੈ ਤੇ ਬਹੁਤ ਛੋਟਾ ਸਪੈਕਟ੍ਰਮ ਰਹਿੰਦਾ, ਬਰੋਡ ਸਪੈਕਟ੍ਰਮ, ਦੁਨੀਆਂ ਵਿੱਚ ਉਸ ਬੰਦੇ ਨੇ ਨਾਮ ਕੀਤਾ, ਔਰ ਉਸ ਜਗ੍ਹਾ ਤੇ ਖੁਦਾ ਦੇ ਫਜ਼ਲ ਨਾਲ, ਰੱਬ ਦੇ ਖਾਸ ਕਰਮ ਨਾਲ ਬੰਦਾ ਪਹੁੰਚਿਆ ਜਿੱਥਾਂ ਦੇ ਲੋਕ ਸ਼ਾਇਦ ਖਾਬ ਵੀ ਨਹੀਂ ਦੇਖ ਸਕਦੇ, ਔਰ ਬਾਅਦ ਚੀਜ਼ਾਂ ਉਹਨਾਂ ਨੂੰ ਹੀ ਹਾਸਲ ਹੋਈਆਂ ਜਿਹੜੀ ਅੱਜ ਤੱਕ ਉਹ ਲੋਕ ਰਿਕਾਰਡ ਬਰਾਬਰ ਨਹੀਂ ਕਰ ਸਕਦੇ।
ਅੱਗੇ ਜਾ ਕੇ ਤੁਹਾਨੂੰ ਮੈਂ ਦੱਸਦਾ। ਵੱਡਾ ਪੁੱਤਰ ਸੀ ਉਹਨਾਂ ਦਾ ਚੌਧਰੀ ਸਰ ਮੁਹੰਮਦ ਜ਼ਫਰੁੱਲਾ ਖਾਨ। ਦੂਜੇ ਨੰਬਰ ਦਾ ਪੁੱਤਰ ਸੀ ਚੌਧਰੀ ਸ਼ਕਰੁੱਲਾ ਖਾਨ ਰਈਸੇ ਡਸਕਾ। ਤੀਜਾ ਪੁੱਤਰ ਸੀ ਚੌਧਰੀ ਅਬਦੁੱਲਾ ਖਾਨ। ਚੌਥਾ ਪੁੱਤਰ ਸੀ ਚੌਧਰੀ ਅਸਤੁੱਲਾ ਖਾਨ। ਇੱਕ ਬੇਟੀ ਸੀ, ਉਹਨਾਂ ਦਾ ਨਾਂ ਸੀ ਸਕੀਨਾ ਬੀਬੀ। ਹੁਣ ਜ਼ਫਰੁੱਲਾ ਖਾਨ, ਸ਼ਕਰੁੱਲਾ ਖਾਨ, ਅਬਦੁੱਲਾ ਖਾਨ, ਅਸਤੁੱਲਾ ਖਾਨ, ਸਾਡੇ ਇਲਾਕੇ ਚ ਇੱਕ ਹੋਰ ਗੱਲ ਬੜੀ ਮਸ਼ਹੂਰ ਹੈ। ਉਹ ਆਉਂਦੇ ਸਨ ਲੋਕ, ਏਡੇ ਭਾਰੇ ਨਾਂ ਨੇ ਕਿ ਇੱਕ ਸਾਹ ਵਿੱਚ ਚਵਾਂ ਭਰਾਵਾਂ ਦਾ ਨਾਂ ਨੀ ਲਿਆ ਜਾਂਦਾ ਜਿੰਨੀ ਭਾਰੀ ਨੇ ਸ਼ਖਸੀਅਤਾਂ ਨੇ। ਇਹ ਸਾਡੇ ਅਖਾਣ ਮਸ਼ਹੂਰ ਨੇ, ਸਾਡੇ ਟੱਬਰ ਦੇ ਲਿਹਾਜ਼ ਨਾਲ ਪੁਰਾਣੇ ਚੁੱਕ ਟੁਰਿਆ ਹੁੰਦਾ ਸਦੀਆਂ ਤੋਂ, ਤੇ ਉਹ ਅਖਾਣ ਮਸ਼ਹੂਰ ਹੋ ਗਏ ਹੋਏ ਨੇ। ਔਰ ਅਗਲੀ ਪੀੜ੍ਹੀਆਂ ਚੋਂ ਕਿੱਥੇ ਜਾਣੇ ਨੇ, ਹੁਣ ਤੇ ਕੰਪਿਊਟਰ ਦਾ ਤੇ ਮੋਬਾਈਲ ਦਾ ਤੇ ਟਿਕਟੋਕ ਦਾ ਦੌਰ ਹੈ, ਲੇਕਿਨ ਚੂੰਕਿ ਤੁਸੀਂ ਪੁਰਾਣੀਆਂ ਗੱਲਾਂ ਫੋਲ ਰਹੇ ਹੋ ਤੇ ਮੈਂ ਪੁਰਾਣੀਆਂ ਗੱਲਾਂ ਕਰ ਰਿਹਾ। ਜਦੋਂ ਸਿਕੰਦਰ ਖਾਨ ਤੋਂ ਬਾਅਦ ਰਈਸ ਬਣਿਆ, ਉਹਦੇ ਥਾਂ ਉਹਨਾਂ ਦਾ ਵੱਡਾ ਪੁੱਤਰ ਚੌਧਰੀ ਨਸਰੁੱਲਾ ਖਾਨ। ਚੌਧਰੀ ਨਸਰੁੱਲਾ ਖਾਨ ਦੋ ਭਰਾ ਸਨ, ਚੌਧਰੀ ਨਸਰੁੱਲਾ ਖਾਨ ਔਰ ਚੌਧਰੀ ਗੁਲਾਮ ਮੁਹੰਮਦ। ਗੁਲਾਮ ਮੁਹੰਮਦ ਛੋਟੇ ਸਨ, ਮੈਂ ਭੁੱਲ ਗਿਆ ਉਹਨਾਂ ਦਾ ਨਾਂ ਲੈਣਾ। ਚੌਧਰੀ ਨਸਰੁੱਲਾ ਖਾਨ ਰਈਸ ਬਣਿਆ ਆਪਣੇ ਪਿਓ ਦੇ ਥਾਂ। ਉਦੋਂ ਬਾਅਦ ਚੌਧਰੀ ਨਸਰੁੱਲਾ ਖਾਨ ਦੇ ਚਾਰ ਪੁੱਤਰ ਸਨ, ਲੇਕਿਨ ਚੌਧਰੀ ਨਸਰੁੱਲਾ ਖਾਨ ਦੀ ਜ਼ਿੰਦਗੀ ਵਿੱਚ ਹੀ ਚੌਧਰੀ ਸਰ ਜ਼ਫਰੁੱਲਾ ਖਾਨ, ਜਿੰਨਾ ਅੱਗੋਂ ਰਈਸ ਬਣਨਾ ਸੀ ਪਿਓ ਦੇ ਥਾਂ, ਉਹ ਆਪਣੀ ਜ਼ਿੰਦਗੀ ਵਿੱਚ ਹੀ ਆਪਣੇ ਛੋਟੇ ਭਰਾ ਚੌਧਰੀ ਸ਼ਕਰੁੱਲਾ ਖਾਨ ਦੇ ਹੱਕ ਵਿੱਚ ਦਸਤਬਰਦਾਰ ਹੋ ਗਏ ਸਰਦਾਰੀ ਤੋਂ। ਉਹਨਾਂ ਕਿਹਾ ਕਿ ਮੇਰੇ ਥਾਂ ਮੇਰੇ ਛੋਟੇ ਭਰਾ ਚੌਧਰੀ ਸ਼ਕਰੁੱਲਾ ਖਾਨ ਰਈਸ ਬਣਾਓ ਡਸਕੇ ਦਾ, ਕਿਉਂਕਿ ਇਹ ਡਿਜ਼ਰਵ ਕਰਦਾ, ਇਹ ਜ਼ਿਆਦਾ ਬਿਹਤਰ ਮਾਮਲਾਤ ਸਮਝਦਾ। ਔਰ ਗੱਲ ਮੇ ਵੀ ਕਿਸੇ ਹਕੀਕਤ ਵੀ ਸੀ ਕਿ ਡਸਕੇ ਦੇ ਜਾਂ ਇਲਾਕੇ ਦੇ ਮਾਮਲਾਤ ਹਰ ਇੱਕ ਨੂੰ ਮੁਖਤਲਿਫ ਡਿਪਾਰਟਮੈਂਟ ਸੁਲਝੇ ਹੁੰਦੇ ਨੇ, ਤੇ ਉਹ ਉਹਨਾਂ ਨੂੰ ਉਹਨਾਂ ਕਿਹਾ ਕਿ ਇਹਨਾਂ ਨੂੰ ਰਈਸ, ਤੇ ਉਹ ਪੜਦਾਦਾ ਜੀ ਦੀ ਜ਼ਿੰਦਗੀ 'ਚ ਗੱਲ ਤੈਅ ਹੋ ਗਈ ਸੀ ਕਿ ਅਗਲਾ ਰਈਸ ਚੌਧਰੀ ਸ਼ਕਰੁੱਲਾ ਖਾਨ ਬਣੇਗਾ ਮੇਰੇ ਦਾਦਾ ਜੀ। ਚੌਧਰੀ ਸਰ ਜ਼ਫਰੁੱਲਾ ਖਾਨ ਸਾਹਿਬ ਜਿਹੜੇ ਮੇਰੇ ਵੱਡੇ ਦਾਦਾ ਜੀ, ਇਹ ਸਿਆਲਕੋਟ ਪੈਦਾ ਹੋਏ ਉਸੇ ਘਰ ਵਿੱਚ ਜਿਹੜਾ ਚੌਧਰੀ ਨਸਰੁੱਲਾ ਖਾਨ ਸਾਹਿਬ ਨੇ ਖਰੀਦਿਆ ਸੀ। ਉਹ ਮੈਂ ਘਰ ਵੀ ਵੇਖਿਆ ਹੋਇਆ, ਉਹ ਮੈਂ ਜਗ੍ਹਾ ਵੀ ਵੇਖੀ ਹੋਈ ਹੈ। ਉਹ ਕਸ਼ਮੀਰੀ ਖਾਨਦਾਨ ਕੋਲ ਸੀ, ਉਹਨੇ ਬੜੀ ਮੁਹੱਬਤ ਨਾਲ ਚੀਜ਼ਾਂ, ਅੱਜ ਵੀ ਮੇਰੇ ਪੜਦਾਦਾ ਜੀ ਪੜਦਾਦੀ ਜੀ ਦੀਆਂ ਚੀਜ਼ਾਂ, ਤੇ ਇੱਥੇ ਚੌਧਰੀ ਸਾਹਿਬ ਪੈਦਾ ਹੋਏ ਤੇ ਕਿਤਾਬਾਂ, ਆਈਨੇ ਅਕਬਰੀ ਵੀ ਉਹਨਾਂ ਦੇ ਕੋਲ ਸੀ, ਮੈਨੂੰ ਅੱਜ ਤੱਕ ਯਾਦ ਹੈ। ਹੋਰ ਚੀਜ਼ ਕਿਤਾਬਾਂ ਪੁਰਾਣੀਆਂ, ਅੱਜ ਵੀ ਉਹਨਾਂ ਕੋਲ ਮੇਰੇ ਪੜਦਾਦਾ ਜੀ ਕਿਤਾਬਾਂ ਉਹਨਾਂ ਕੋਲ ਪਈਆਂ ਹੋਈਆਂ। ਕੁਰਸੀ, ਆਰਾਮ ਵਾਲੀ ਕੁਰਸੀ, ਮੁਖਤਲਿਫ ਸਮਾਨ ਦੇਖਿਆ। ਬਲਕਿ ਉਹ ਘਰ ਮੇਰੀ ਪੜਦਾਦੀ ਜੀ ਨੇ ਆਪਣੀ ਜ਼ਿੰਦਗੀ ਵਿੱਚ ਹੀ ਵੇਚ ਦਿੱਤਾ ਸੀ, ਉਹ ਦੇ ਦਿੱਤਾ ਸੀ ਤੇ ਦੁਬਾਰਾ ਡਸਕੇ ਆ ਗਏ ਸਨ ਸਾਰਾ। ਤੇ ਉਹ ਬਲਕਿ ਇੱਕ ਹੋਰ ਜ਼ਮੀਨੀ ਗੱਲ ਆ ਜਾਏਗੀ, ਉਹਨਾਂ ਦੀ ਬਿੱਲੀ ਸੀ ਇੱਕ ਪੜਦਾਦੀ ਜੀ ਹੁਸੈਨ ਬੀਬੀ ਸਾਹਿਬਾ ਦੀ, ਉਹ ਸਿਆਲਕੋਟ ਤੋਂ ਡਸਕੇ ਲੈ ਆਈ ਬਿੱਲੀ, ਉਹ ਕੁਝ ਦਿਨ ਇੱਥੇ ਰਹੀ ਤੇ ਇਕਦਮ ਉਹ ਗਵਾਚ ਗਈ, ਉਹ ਲੱਭੇ ਨਾ, ਇੱਕ ਜਾਂ ਦੋ ਦਿਨ ਲੱਭੀ, ਕਿਸੇ ਨੂੰ ਲੱਭੀ ਨਾ, ਤੇ ਫਿਕਰਮੰਦ ਹੋਏ ਸਾਰੇ। ਤੇ ਫਿਰ ਪੜਦਾਦੀ ਜੀ ਨੇ ਕਿਹਾ ਕਿ ਸਿਆਲਕੋਟ ਦੇ ਪਤਾ ਕਰੋ। ਉਹ ਨੌਕਰਾਂ ਦੇ ਸਾਰਿਆਂ ਮੁਖਤਾਰਾਂ, ਬਾਬਾ ਜੁਮਾ ਹੁੰਦਾ ਸੀ ਉਹਨਾਂ ਦੇ ਮੁਲਾਜ਼ਮ ਸਨ, ਮੁਖਤਾਰ ਬਾਬਾ ਜੁਮਾ ਉਹਨਾਂ ਦੇ, ਉਹਨਾਂ ਕਿਹਾ ਚੁਦਰਾਣੀ ਜੀ ਕਿੱਥੇ ਉਹ ਸਿਆਲਕੋਟ ਗਿਆ ਹੋਣਾ ਬੇਬੇ ਜੀ, ਉਹਨੇ ਕਿਹਾ ਪਤਾ ਤੇ ਕਰੋ। ਉਹ ਨੌਕਰ ਕਰ ਕੇ ਜਦੋਂ ਉੱਥੇ ਪਤਾ ਕੀਤਾ ਤੇ ਉਹ ਬਿੱਲੀ ਡਸਕਿਓ ਸਿਆਲਕੋਟ ਚਲੀ ਗਈ ਸੀ ਉਸ ਘਰ ਵਿੱਚ ਸਿਆਲਕੋਟ। ਤੇ ਫਿਰ ਉਹਦਾ ਇੰਤਜ਼ਾਮ ਕੀਤਾ ਗਿਆ ਸੀ ਕਿ ਅਗਰ ਉਹਨੂੰ ਫਿਰ ਲਿਆਇਆ ਗਿਆ ਤੇ ਫਿਰ ਉੱਥੇ ਹੀ ਤੁਰ ਜਾਏਗੀ, ਤੇ ਰਸਤੇ 'ਚ ਕਿਸੇ ਕੁੱਤੇ ਜਾਂ ਬਗਿਆੜਾਂ ਦੇ ਹੱਥ ਚੜ੍ਹ ਨਾ ਜਾਏ। ਤੇ ਫਿਰ ਉਸ ਖਾਨਦਾਨ ਦੇ ਲੋਕਾਂ ਨੂੰ ਡਸਕੇ ਬੁਲਾਇਆ ਗਿਆ ਸੀ, ਤੇ ਉਹਨਾਂ ਨੇ ਕਿਹਾ ਸੀ ਕਿ ਅਗਰ ਤੁਸੀਂ ਅੱਛੇ ਤਰੀਕੇ ਨਾਲ ਬਿੱਲੀ ਰੱਖ ਸਕੋ ਹੈ ਤੇ ਰੱਖ ਲਵੋ ਤਾਂ ਅੱਗੇ ਦੀ ਡਸਕੇ ਮੌਤ ਨਾ ਹੋ ਜਾਏ ਇਸ ਸਫ਼ਰ ਦੇ ਵਿੱਚ। ਤੇ ਉਹਨਾਂ ਨੇ ਫਿਰ ਕਿਹਾ ਸੀ ਤੁਸੀਂ ਬੇਬੇ ਜੀ ਸਾਨੂੰ ਦੇ ਦਿਓ ਬਿੱਲੀ ਤੇ ਅਸੀਂ ਰੱਖ ਲਾਂਗੇ। ਉਹ ਫਿਰ ਉੱਥੇ ਰੱਖੀ ਗਈ ਸੀ। ਇੱਕ ਗੱਲ ਮੈਨੂੰ ਜ਼ਿਮਨੀ ਯਾਦ ਆ ਗਈ ਹੈ ਗੱਲ ਸਾਰਾ। ਤੇ ਉਹ ਚੌਧਰੀ ਨਸਰੁੱਲਾ, ਚੌਧਰੀ ਸਰ ਜ਼ਫਰੁੱਲਾ ਖਾਨ ਸਾਹਿਬ ਸਿਆਲਕੋਟ ਮਿਸ਼ਨ ਸਕੂਲ 'ਚ ਪੜ੍ਹੇ, ਸਿਆਲਕੋਟ ਮਿਸ਼ਨ ਸਕੂਲ 'ਚ ਪੜ੍ਹੇ, ਔਰ ਉੱਥੋਂ ਹੀ ਫਿਰ ਉਸ ਦੌਰ ਵਿੱਚ ਵੀ ਉਹਨਾਂ ਦੇ ਆਏ ਬਜ਼ੁਰਗ ਸਨ ਜਿਹਨਾਂ ਦਾ ਮੈਂ ਨਾਂ ਤੁਹਾਡੇ ਅੱਗੇ ਲੈ ਲਿਆ, ਚੌਧਰੀ ਸਰ ਸ਼ਾਹਬੁੱਦੀਨ ਮੇਰੇ ਪੜਦਾਦਾ ਜੀ ਦੋਸਤ ਸਨ, ਹੋਰ ਸਾਰੇ ਜਿਹਨਾਂ ਦਾ ਨਾਂ ਤੁਹਾਡੇ ਨਾਲ ਲਿਆ ਹੈ ਸਾਰੇ। ਉਸ ਤੋਂ ਬਾਅਦ ਉਹ ਸਿਆਲਕੋਟ ਤੋਂ ਬਾਅਦ ਉਹ ਫਿਰ ਮਰੇ ਕਾਲਜ ਪੜ੍ਹੇ, ਫਿਰ ਉਹ ਗਏ ਗੌਰਮੈਂਟ ਕਾਲਜ ਔਰ ਲਾਹੌਰੋਂ, ਫਿਰ ਉਹਨਾਂ ਵਕਾਲਤ ਕੀਤੀ, ਫਿਰ ਉਹ ਵਕਾਲਤ ਕਰਕੇ ਵਾਪਸ ਸਿਆਲਕੋਟ ਆਏ। ਇਹਨਾਂ ਦੇ ਜਿਹੜੇ ਚਾਰ ਪੁੱਤਰ ਸਨ ਚੌਧਰੀ, ਇਹਨਾਂ ਦੱਸਿਆ ਚੌਧਰੀ ਨਸਰੁੱਲਾ ਖਾਨ ਸਾਹਿਬ ਦੇ ਵੱਡੇ ਪੁੱਤਰ ਜਿਹੜੇ ਸਨ ਆਪਣਾ ਚੌਧਰੀ ਸਰ ਜ਼ਫਰੁੱਲਾ ਖਾਨ ਸਾਹਿਬ, ਇਹਨਾਂ ਦੀ ਸ਼ਾਦੀ ਹੋਈ ਤੁਹਾਡੇ ਕੋਲ ਇੰਡੀਆ ਕਲਾਨੌਰ ਵਿੱਚ। ਚੌਧਰੀ ਸ਼ਮਸ਼ਾਦ ਅਲੀ ਖਾਨ ਸਾਹਿਬ ਹੁੰਦੇ ਸਨ, ਇੱਕ ਰਾਜਪੂਤ ਸਨ, ਉਹ ਪਰਮਾਰ ਰਾਜਪੂਤ ਸਨ ਉੱਥੋਂ ਦੇ, ਚੌਧਰੀ ਸ਼ਮਸ਼ਾਦ ਅਲੀ ਖਾਨ। ਉਹਨਾਂ ਦੇ ਖਾਨਦਾਨ ਵਿੱਚ ਲੋਕ ਚੌਧਰੀ ਵੀ ਅਖਵਾਉਂਦੇ ਸਨ, ਕੁੰਵਰ ਵੀ ਅਖਵਾਉਂਦੇ ਸਨ, ਕੁੰਵਰ ਰਾਓ ਵੀ ਅਖਵਾਉਂਦੇ ਸਨ। ਉਹ ਹਰਿਆਣੇ ਵਿੱਚ ਉਹਨਾਂ ਦਾ ਇਲਾਕਾ ਸੀ, ਆਪਣਾ ਡਿਸਟ੍ਰਿਕਟ ਰੋਹਤਕ ਸੀ, ਉੱਥੇ ਉਹਨਾਂ ਦੀ ਚੌਧਰੀ ਸ਼ਮਸ਼ਾਦ ਅਲੀ ਖਾਨ ਸਾਹਿਬ ਮੇਰੇ ਦਾਦਾ ਜੀ ਬਾਬਾ ਜ਼ਫਰੁੱਲਾ ਖਾਨ ਦੇ ਨਾਲ ਲਾਹੌਰ ਗੌਰਮੈਂਟ ਕਾਲਜ ਪੜ੍ਹਦੇ ਰਹੇ ਨੇ।
ਤੇ ਉਹਨਾਂ ਦੀ ਬੇਟੀ ਨਾਲ ਬੜੇ ਖਾਨਦਾਨੀ ਰਾਜਪੂਤ ਸਨ, ਬੜੇ ਬਲਕਿ ਉਹ ਰਾਜਪੂਤ ਜਿਹੜੇ ਬੜੇ ਤੁਰਮ ਖਾਨ ਰਾਜਪੂਤ ਆਪਣੇ ਆਪ ਨੂੰ ਸਮਝਦੇ ਸੀ, ਉਹ ਸਾਰੇ ਸਮਝਦੇ ਨੇ, ਤੇ ਉਹਨਾਂ ਦੀ ਬੇਟੀ ਨਾਲ ਉਹਨਾਂ ਦੀ ਸ਼ਾਦੀ ਹੋਈ ਸੀ। ਤੇ ਉਹ ਬਾਅਦ ਵਿੱਚ ਚੌਧਰੀ ਸ਼ਮਸ਼ਾਦ ਅਲੀ ਖਾਨ ਸਾਹਿਬ ਜਿਹੜੇ ਸਨ ਉਹ ਸੈਕਟਰੀ ਹੋਏ, ਬੜੇ ਅਹੁਦੇ ਤੇ ਗਏ, ਤੇ ਬਾਅਦ ਵਿੱਚ ਸ਼ਿਕਾਰ ਖੇਡਦਿਆਂ ਉਹਨਾਂ ਨੂੰ ਗੋਲੀ ਲੱਗ ਗਈ ਸੀ, ਉਹ ਫਿਰ ਫੌਤ ਹੋ ਗਏ ਸਨ, ਉਹ ਜਵਾਨੀ ਵਿੱਚ ਹੀ ਫੌਤ ਹੋ ਗਏ ਸਨ ਉਹਨਾਂ ਦੇ। ਤੇ ਲੇਕਿਨ ਉਹਨਾਂ ਦੇ ਰਿਸ਼ਤੇਦਾਰ ਹੁਣ ਤੀਕਰ ਲਾਹੌਰ ਮਾਡਲ ਟਾਊਨ ਰਹਿੰਦੇ ਨੇ, ਉਹ ਕੁੰਵਰ ਲਿਖਦੇ ਨੇ ਆਪਣੇ ਨਾਲ, ਔਰ ਮੁਖਲਿਫ ਉਹ ਬੜੇ ਨਸਤਾਲੀਕ ਲੋਕ ਸਨ ਉਹ ਬੜੇ। ਉਦੋਂ ਬਾਅਦ ਛੋਟੇ ਸਨ ਚੌਧਰੀ ਸ਼ੁਕਰੁੱਲਾ ਖਾਨ ਸਾਹਿਬ ਮੇਰੇ ਦਾਦਾ ਜੀ, ਉਹਨਾਂ ਦੀ ਸ਼ਾਦੀ ਕਾਹਲਵਾਂ ਵੱਲ ਹੋਈ, ਮੇਰੇ ਨਾਨਾ ਜੀ ਮੇਰੇ ਅੱਬਾ ਜੀ ਦੇ ਨਾਨਾ ਜੀ ਚੌਧਰੀ ਗੁਲਾਮ ਅਹਿਮਦ ਕਾਹਲਵਾਂ ਸਨ, ਉਹ ਉਹਨਾਂ ਦਾ ਪਿੰਡ ਚੌਰ ਹੈ ਜ਼ਿਲ੍ਹੇ ਸਿਆਲਕੋਟ ਵਿੱਚ, ਚੌਰ ਪਿੰਡ ਹੈ। ਮੇਰੇ ਵਾਲਿਦ ਉਹ ਮਹਿਕਮਾ ਡਾਕ ਵਿੱਚ ਬਹੁਤ ਵੱਡੇ ਆਫਿਸਰ ਸਨ, ਇਹਦੇ ਵਿੱਚ ਪੋਸਟ ਮਾਸਟਰ ਜਨਰਲ ਜਾਂ ਉਸ ਲੈਵਲ ਦੇ ਸਨ, ਅਗਰ ਐਗਜੈਕਟ ਡੈਜੀਗਨੇਸ਼ਨ ਮੈਨੂੰ ਯਾਦ ਨਹੀਂ, ਲੇਕਿਨ ਉਹ ਬੜੇ ਹਾਈ ਅਪਸ ਵਿੱਚ ਸਨ ਉਹ, ਲੇਕਿਨ ਉਹ ਜਵਾਨੀ ਵਿੱਚ ਫੌਤ ਹੋ ਗਏ ਸਨ। ਮੇਰੇ ਅੱਬਾ ਜੀ ਦੇ ਮਾਮਾ ਜੀ ਸਨ, ਮੇਰੇ ਦਾਦੀ ਦੇ ਫਸਟ ਕਜ਼ਨ ਸਨ, ਪਾਕਿਸਤਾਨ ਦੇ ਬੜੇ ਨਾਮਵਰ ਉਹ ਹੋਏ ਨੇ ਸਨਅਤਕਾਰ, ਚੌਧਰੀ ਸ਼ਾਹ ਨਵਾਜ਼ ਜਿਹਨਾਂ ਦੀ ਸ਼ਾਹਤਾਤ ਸ਼ੂਗਰ ਮਿਲ ਸੀ ਮੰਡੀ ਬਹੁਤ ਦਿਨ ਹਲੇ ਵੀ ਹੈ, ਸ਼ਿਜ਼ਾਨ ਫੈਕਟਰੀ ਹੈ, ਸ਼ਾਹਤਾਜ ਟੈਕਸਟਾਈਲਸ ਹੈ, ਸ਼ਾਹ ਨਵਾਜ਼ ਮੋਟਰਸ ਮਰਸੀਡੀਜ਼ ਜਿਹੜੀ ਹੈ ਪਾਕਿਸਤਾਨ 'ਚ ਉਹ ਡੀਲ ਕਰਦੇ ਨੇ ਮਰਸੀਡੀਜ਼ ਨਾਲ, ਤੇ ਉਹ ਬਹੁਤ ਉਹਨਾਂ ਦਾ ਅੱਲਾਹ ਦਾ ਉਹਨਾਂ ਦੇ ਫਜ਼ਲ ਹੈ ਬੜੇ। ਉਹ ਮੇਰੀ ਦਾਦੀ ਦੇ ਸਕੇ ਚਾਚਾ ਸਾਹਿਬ ਭਰਾ ਸਨ, ਦੂਜੇ ਮੇਰੀ ਦਾਦੀ ਦੇ ਸਕੇ ਚਾਚਾ ਸਾਹਿਬ ਭਰਾ ਸਨ, ਚੋਈ ਨਬੀ ਅਹਿਮਦ ਮਾਡਰਨ ਮੋਟਰਸ ਵਾਲੇ ਔਰ ਸੰਗਲਾ ਹਿਲ ਸ਼ੂਗਰ ਮਿਲ ਵਾਲੇ, ਉਹ ਵੀ ਇਹ ਮੇਰੇ ਦਾਦੀ ਦੇ ਚਾਚਾ ਭਰਾ ਸਨ। ਮੇਰੀ ਦਾਦੀ ਜੀ ਦੇ ਸਕੇ ਭਰਾ ਸਨ ਚੌਧਰੀ ਬਸ਼ੀਰ ਅਹਿਮਦ ਸਾਹਿਬ ਔਰ ਚੌਧਰੀ ਨਸੀਰ ਅਹਿਮਦ ਸਾਹਿਬ ਔਰ ਚੌਧਰੀ ਰਸ਼ੀਦ ਅਹਿਮਦ ਕਾਹਲਵਾਂ ਸਾਹਿਬ। ਮੇਰੇ ਅੱਬਾ ਜੀ ਦੇ ਸਕੇ ਮਾਮੂਜ਼ਾਦ ਭਾਈ ਏਅਰ ਚੀਫ ਮਾਰਸ਼ਲ ਜ਼ਫਰ ਚੌਧਰੀ ਹੋਏ ਨੇ, ਏਅਰ ਚੀਫ ਰਹੇ ਨੇ ਪਾਕਿਸਤਾਨ ਦੇ, ਏਅਰਫੋਰਸ ਦੇ ਹੈੱਡ ਰਹੇ ਨੇ, ਜਿਸ ਤਰ੍ਹਾਂ ਆਰਮੀ ਚੀਫ ਹੁੰਦਾ ਆਰਮੀ ਦਾ ਔਰ ਨੇਵੀ ਦਾ, ਔਰ ਪੀ ਆਈ ਏ ਦੇ ਮੈਨੇਜਿੰਗ ਡਾਇਰੈਕਟਰ ਵੀ ਰਹੇ ਨੇ ਪੀ ਆਈ ਏ ਦੇ, ਏਅਰ ਮਾਰਸ਼ਲ ਜ਼ਫਰ ਚੌਧਰੀ। ਪਿਛਲੇ ਦਿਨਾਂ ਉਹ ਫੌਤ ਹੋਏ ਨੇ, ਇਹ ਕੋਈ ਹੋਇਆ ਇੱਕ ਸਾਲ ਕੋ ਹੋਇਆ ਤਾਏ ਜ਼ਫਰ ਚੌਧਰੀ, ਉਹ ਇਹ ਮੇਰੇ ਅੱਬਾ ਜੀ ਦੇ ਨਾਨਕੇ ਸਨ। ਤੀਜੇ ਭਰਾ ਸਨ ਚੌਧਰੀ ਅਬਦੁੱਲਾ ਖਾਨ ਸਾਹਿਬ, ਉਹਨਾਂ ਦੀ ਸ਼ਾਦੀ ਹੋਈ ਸੀ ਚੌਧਰੀ ਫਤਿਹ ਮਾਮਾ ਸਾਹਿਬ ਸਿਆਲ ਐਮ ਐਲ ਏ ਹੁੰਦੇ ਸਨ, ਮੈਂਬਰ ਆਫ ਲੈਜਿਸਲੇਟਿਵ ਅਸੈਂਬਲੀ, ਜਦੋਂ ਮਲਕ ਨਵਾਬ ਖਿਜ਼ਰ ਆਟਿਵਾਨਾ ਸਾਹਿਬ ਪ੍ਰੀਮੀਅਰ ਸਨ, ਤੇ ਉਦੋਂ ਚੌਧਰੀ ਫਤਿਹ ਮਾਮਾ ਸਾਹਿਬ ਸਿਆਲ ਐਮ ਐਲ ਏ ਸਨ, ਪੰਜਾਬ ਅਸੈਂਬਲੀ ਦੇ ਮੈਂਬਰ ਸਨ ਪਾਰਟੀਸ਼ਨ ਤੋਂ ਪਹਿਲਾਂ, ਉਹ ਨੇ ਸੋਚਣ ਸਨ ਸਾਡੇ, ਉਹ ਬੜਾ ਉਹਨਾਂ ਦੇ ਮੇਰੇ ਪੜਦਾਦੇ ਦੇ ਦੋਸਤ ਵੀ ਸਨ। ਸਭ ਤੋਂ ਛੋਟੇ ਦਾਦੇ ਸਨ ਚੌਧਰੀ ਸੁੱਲਾ ਖਾਨ ਸਾਹਿਬ, ਉਹਨਾਂ ਦੀ ਸ਼ਾਦੀ ਫਿਰ ਆਪਣੇ ਨਾਨਕਿਆਂ ਵਿੱਚ ਬਾਜਵਿਆਂ ਵੱਲ, ਬਾਜਵਿਆਂ ਨਾਲ ਸਾਡੀ ਬੜੀ ਰਿਸ਼ਤੇਦਾਰੀਆਂ ਨੇ, ਹਰ ਇੱਕ ਪੀੜ੍ਹੀ ਵਿੱਚ ਬਾਜਵਿਆਂ ਦੀ ਰਿਸ਼ਤੇਦਾਰੀ ਸਾਡੀ ਵਧੀ ਹੈ, ਤੇ ਉਹਨਾਂ ਦੇ ਆਪਣੇ ਨਾਨਕਿਆਂ ਵਿੱਚ ਹੀ ਸ਼ਾਦੀ ਹੋਈ ਸੀ, ਆਪਣਾ ਚੌਧਰੀ ਅਬਦੁੱਲਾ ਖਾਨ ਸਾਹਿਬ ਦੀ ਬੇਟੀ ਦੇ ਨਾਲ ਉਹਨਾਂ ਦੀ ਸ਼ਾਦੀ ਹੋਈ ਸੀ, ਬਾਜਵਾ ਦੱਸ ਦੱਸ ਕੇ ਬਾਜਵੇ ਨੇ। ਮੇਰੇ ਦਾਦਿਆਂ ਵਿੱਚੋਂ ਇੱਕ ਹਿਸਟਰੀ ਹੈ ਧਾਮੀ ਸਾਹਿਬ, ਤੁਸੀਂ ਇਤਿਹਾਸ ਕਹਿ ਲਓ, ਇੱਕ ਰਿਕਾਰਡ ਹੈ ਕਿ ਪ੍ਰੀ ਪਾਰਟੀਸ਼ਨ 47 ਤੋਂ ਪਹਿਲਾਂ ਕੋਈ ਵੀ ਦੋ ਸਕੇ ਭਰਾ ਪੰਜਾਬ ਵਿੱਚੋਂ, ਕੋਈ ਵੀ ਦੋ ਸਕੇ ਭਰਾ ਬਿਆਕ ਵਕਤ ਐਮ ਐਲ ਏ ਨਹੀਂ ਹੋਏ। ਮੇਰੇ ਦੋਵੇਂ ਦਾਦੇ ਚੌਧਰੀ ਸਰ ਮੁਹੰਮਦ ਜ਼ਫਰੁੱਲਾ ਖਾਨ ਸਭ ਤੋਂ ਵੱਡੇ ਦਾਦਾ ਜੀ, ਔਰ ਸਭ ਤੋਂ ਛੋਟੇ ਚੌਧਰੀ ਸਤੁੱਲਾ ਖਾਨ ਸਾਹਿਬ, ਉਹ ਵੀ ਬੈਰਿਸਟਰ ਸਨ, ਦੋਵੇਂ ਬੈਰਿਸਟਰੀ ਬਾਹਰੋਂ ਕਰਕੇ ਆਇਆ ਸਨ, ਦੋਵੇਂ ਭਰਾ ਸਕੇ ਭਰਾ ਇਲੈਕਟਿਡ ਮੈਂਬਰ ਸਨ ਪੰਜਾਬ ਅਸੈਂਬਲੀ ਦੇ, ਇਲੈਕਟਿਡ ਮੈਂਬਰ। ਦੋ ਕਿਸਮ ਦੇ ਮੈਂਬਰ ਹੁੰਦੇ ਸਨ, ਇੱਕ ਹੁੰਦਾ ਸੀ ਇਲੈਕਟਿਡ ਮੈਂਬਰ, ਇੱਕ ਹੁੰਦਾ ਸਨ ਨੋਮੀਨੇਟਿਡ ਮੈਂਬਰ, ਜਾਂ ਨੋਮੀਨੇਟ ਕਰਦੇ ਸਨ ਹਕੂਮਤ ਗਵਰਨਮੈਂਟ ਜਾਂ ਗੋਰੇ, ਦੋਵੇਂ ਇਲੈਕਟਿਡ ਮੈਂਬਰ ਸਨ, ਬਿਆਕ ਵਕਤ ਸਿਆਲਕੋਟ ਜਿੱਤੇ ਸਨ। ਲੇਕਿਨ ਚੌਧਰੀ ਜ਼ਫਰੁੱਲਾ ਖਾਨ ਸਾਹਿਬ ਉਸ ਤੋਂ ਪਹਿਲਾਂ 1926 ਵਿੱਚ ਵੀ ਇਲੈਕਸ਼ਨ ਜਿੱਤ ਚੁੱਕੇ ਸਨ, 1930 ਵੇਰ ਦੁਬਾਰਾ ਜਦੋਂ ਬਿਲਾ ਮੁਕਾਬਲਾ ਹੋਏ ਸਨ, ਉਦੋਂ ਚੌਧਰੀ ਸਾਹਿਬ ਬਾਬਾ ਜੀ ਜ਼ਫਰੁੱਲਾ ਖਾਨ ਬਿਲਾ ਮੁਕਾਬਲਾ ਹੋ ਗਏ ਸਨ, ਲੇਕਿਨ ਚੌਧਰੀ ਸਤੁੱਲਾ ਖਾਨ ਸਾਹਿਬ ਜਿਹੜੇ ਸਨ ਉਹ ਮੁਕਾਬਲੇ ਨਾਲ ਉਹਨਾਂ ਦਾ ਹੋਇਆ ਸੀ, ਸਾਡੇ ਅਜ਼ੀਜ਼ ਨੇ 17 ਦੇ ਜ਼ੈਲਦਾਰ ਉਹਨਾਂ ਨਾਲ, ਤੇ ਉਹਨਾਂ ਨਾਲ ਮੁਕਾਬਲੇ ਜਿੱਤੇ ਸਨ ਚੌਧਰੀ ਸਤੁੱਲਾ ਖਾਨ ਸਾਹਿਬ ਦੇ, ਦੋਵੇਂ ਭਰਾ ਬੈਰਿਸਟਰ ਸਨ, ਦੋਵੇਂ ਭਰਾ ਅਸੈਂਬਲੀ ਦੇ ਮੈਂਬਰ ਸਨ। ਉਦੋਂ ਪਹਿਲਾਂ 26 ਤੋਂ ਜਿਹੜਾ ਪਹਿਲਾ ਇਲੈਕਸ਼ਨ ਹੋਇਆ ਸੀ ਉਹਦੇ ਵਿੱਚ ਮੇਰੇ ਪੜਦਾਦਾ ਜੀ ਨੇ ਚਾਹੁੰਦੇ ਸਨ ਕਿ ਮੇਰੇ ਦਾਦਾ ਜੀ ਵੱਡੇ ਚੌਧਰੀ ਜ਼ਫਰੁੱਲਾ ਖਾਨ ਸਾਹਿਬ ਇਲੈਕਸ਼ਨ ਲੜਨ, ਤੇ ਮੇਰੇ ਪੜਦਾਦਾ ਜੀ ਦੇ ਦੋਸਤ ਸਨ ਸਾਡੇ ਬੜੇ ਬਜ਼ੁਰਗ ਵੀ ਸਨ, ਚੌਧਰੀ ਸਰ ਸ਼ਹਾਬਉਦੀਨ, ਸਰ ਸਿਆਲਕੋਟ ਤੋਂ ਤਿੰਨ ਲੋਕਾਂ ਨੂੰ ਸਰ ਦਾ ਖਿਤਾਬ ਸੀ, ਸਰ ਸ਼ਹਾਬਉਦੀਨ, ਸਰ ਅਲਾਮਾ ਇਕਬਾਲ ਔਰ ਸਰ ਜ਼ਫਰੁੱਲਾ ਖਾਨ। ਸਿਆਲਕੋਟ ਜ਼ਿਲ੍ਹੇ ਸਿਆਲਕੋਟ ਵਿੱਚ ਤਿੰਨ ਬੰਦੇ ਨੂੰ ਸਰ ਦਾ ਖਿਤਾਬ ਸੀ, ਤੇ ਚੌਧਰੀ ਸਰ ਸ਼ਹਾਬਉਦੀਨ ਸਾਹਿਬ ਸਿਆਲਕੋਟ ਤੋਂ ਜਦੋਂ ਐਮ ਐਲ ਏ ਦਾ, ਉਦੋਂ ਐਮ ਐਲ ਏ ਆਉਂਦੇ ਹੁੰਦੇ ਸਨ, ਮੈਂਬਰ ਆਫ ਲੈਜਿਸਲੇਟਿਵ ਅਸੈਂਬਲੀ, ਤੁਹਾਡੇ ਕੋਲ ਹਲੇ ਵੀ ਮੈਂ ਕਿਹਾ ਐਮ ਐਲ ਏ, ਸਾਡੇ ਕੋਲ ਹੁਣ ਪੰਜਾਬ ਅਸੈਂਬਲੀ ਦੇ ਮੈਂਬਰ ਨੂੰ ਐਮ ਪੀ ਏ ਆਉਂਦੇ ਨੇ, ਮੈਂਬਰ ਆਫ ਪੰਜਾਬ ਅਸੈਂਬਲੀ ਜਾਂ ਮੈਂਬਰ ਆਫ
ਪ੍ਰੋਵਿੰਸ਼ੀਅਲ ਅਸੈਂਬਲੀ ਤੇ ਐਮਐਨ ਜਿਹਨੂੰ ਤੁਸੀਂ ਐਮਪੀ ਆਂਦੇ ਹੋ ਅਸੀਂ ਉਹਨੂੰ ਐਮਐਨਏ ਆਨੇ ਆ ਮੈਂਬਰ ਆਫ ਨੈਸ਼ਨਲ ਅਸੈਂਬਲੀ ਤੇ ਚੋਈ ਸਰ ਸ਼ਾਹਬੋ ਚੋਈ ਜ਼ਫਰੁੱਲਾ ਖਾਨ ਸਾਹਿਬ ਨੇ ਖਲੋਣ ਦੀ ਖਾਹਿਸ਼ ਕੀਤੀ ਤੇ ਸੋਚਿਆ ਤੇ ਚੋਈ ਸਰ ਸ਼ਾਹਬੂਦੀਨ ਸਾਹਿਬ ਨੂੰ ਪਤਾ ਲੱਗਾ ਤੇ ਉਹ ਮੇਰੇ ਪੜਦਾਦਾ ਜੀ ਕੋਲ ਆਏ ਤੇ ਉਹਨਾਂ ਨੇ ਕਿਹਾ ਕਿ ਤੁਸੀਂ ਜ਼ਫਰੁੱਲਾ ਖਾਨ ਨੂੰ ਕਹੋ ਕਿ ਇਲੈਕਸ਼ਨ ਨਾ ਲੜੇ ਤੇ ਮੈਂ ਇਲੈਕਸ਼ਨ ਲੜਨਾ ਚਾਹੁੰਦਾ ਤੇ ਅਗਲੀ ਵਾਰ ਜ਼ਫਰੁੱਲਾ ਖਾਨ ਸ਼ਾਹਗੜੋਂ ਇਲੈਕਸ਼ਨ ਲੜ ਲਏ ਤੇ ਮੈਂ ਗੁਰਦਾਸਪੁਰ ਚਲਾ ਜਾਂਦਾ ਮੈਂ ਉਧਰੋਂ ਇਲੈਕਸ਼ਨ ਲੜ ਲਾਂਗਾ ਇਹ ਸਮਝਦੇ ਸਨ ਸਾਡਾ ਖਾਨਦਾਨ ਕਿ ਅਸੀਂ ਜਿੱਤ ਜਾਵਾਂਗੇ ਅਗਰ ਇਲੈਕਸ਼ਨ ਲੜੀ ਜਿੱਤ ਜਾਵਾਂਗੇ ਲੇਕਿਨ ਸਾਡੇ ਇੱਕ ਬਜ਼ੁਰਗ ਸਨ ਮੇਰੇ ਪੜਦਾਦਾ ਜੀ ਤੋਂ ਇਲਾਵਾ ਵੀ ਸਾਡੇ ਇੱਕ ਬਜ਼ੁਰਗ ਸਨ ਤੇ ਉਹਨਾਂ ਨੇ ਚੋਈ ਸਾਹਿਬ ਨਾਲ ਨਾਲ ਇੱਕ ਜ਼ੁਬਾਨ ਕਰ ਲਈ ਜਾਂ ਅੰਡਰਸਟੈਂਡਿੰਗ ਕਰ ਲਈ ਕਿ ਠੀਕ ਹੈ ਮੈਂ ਜ਼ਫਰੁੱਲਾ ਖਾਨ ਨੂੰ ਮਨਾ ਕਰ ਦਿਆਂਗਾ ਇਲੈਕਸ਼ਨ ਨਾ ਲੜਨ ਤੇ ਫਿਰ ਬਾਬਾ ਜੀ ਜ਼ਫਰੁੱਲਾ ਖਾਨ ਨੂੰ ਉਹਨਾਂ ਨੇ ਕਿਹਾ ਕਿ ਨਹੀਂ ਮੈਂ ਤੇ ਉਹਨਾਂ ਨੂੰ ਕਹਿ ਦਿੱਤਾ ਚੋਈ ਸਾਹਿਬ ਨੂੰ ਵਰਿਕ ਸਾਹਿਬ ਨੂੰ ਸਰ ਸ਼ਾਹਬੂਦੀਨ ਨੂੰ ਕਿ ਤੁਸੀਂ ਇਲੈਕਸ਼ਨ ਨਹੀਂ ਲੜੋਗੇ ਤੇ ਫਿਰ ਬਾਬਾ ਜ਼ਫਰੁੱਲਾ ਖਾਨ ਨੇ ਕਿਹਾ ਕਿ ਅਗਰ ਤੁਸੀਂ ਕਹਿ ਦਿੱਤਾ ਮੇਰੇ ਪੁੱਛੋ ਬਗੈਰ ਕਿਹਾ ਲੇਕਿਨ ਤੁਸੀਂ ਅਗਰ ਕਹਿ ਦਿੱਤਾ ਤੇ ਪੁਰਾਣੇ ਜ਼ਮਾਨੇ ਹੋਰ ਸਨ ਬਜ਼ੁਰਗਾਂ ਦੀ ਗੱਲਾਂ ਉਹਨੇ ਕਿਹਾ ਠੀਕ ਹੈ ਮੈਂ ਨਹੀਂ ਲੜਾਂਗਾ ਉਹਨਾਂ ਨਾ ਲੜਿਆ ਤੇ ਫਿਰ 1926 ਦਾ ਇਲੈਕਸ਼ਨ ਆ ਗਿਆ 1926 ਦੇ ਇਲੈਕਸ਼ਨ ਵਿੱਚ ਚੋਈ ਸਰ ਸ਼ਾਹਬੂਦੀਨ ਸਾਹਿਬ ਫਿਰ ਕਹਿਣ ਲੱਗੇ ਕਿ ਮੈਂ ਦੁਬਾਰਾ ਇਲੈਕਸ਼ਨ ਲੜਨਾ ਸਿਆਲਕੋਟ ਨੂੰ ਤੇ ਜ਼ਫਰੁੱਲਾ ਖਾਨ ਕੋਲ ਇਲੈਕਸ਼ਨ ਨਾ ਲੜੇ ਤੇ ਉਹ ਫਿਰ ਉਹਨਾਂ ਨੇ ਮੇਰੇ ਪੜਦਾਦਾ ਜੀ ਨੇ ਵੀ ਪਹਿਲਾਂ ਕਿਹਾ ਔਰ ਜਿਹੜੇ ਬਜ਼ੁਰਗਾਂ ਨੇ ਕਿਹਾ ਸੀ ਉਹਨਾਂ ਨੇ ਵੀ ਕਿਹਾ ਕਿ ਨਹੀਂ ਪਿਛਲੀ ਵਾਰ ਤੁਸੀਂ ਤੁਹਾਡੇ ਕਹਿਣ ਤੇ ਜ਼ਫਰੁੱਲਾ ਖਾਨ ਇਲੈਕਸ਼ਨ ਨਹੀਂ ਲੜਨਾ ਦਿੱਤਾ ਜਬਕਿ ਉਹ ਸਮਝਦਾ ਅਸੀਂ ਸਾਹਮਣੇ ਕੋਲ ਜਿੱਤ ਜਾਂਦਾ ਸੀ ਲੇਕਿਨ ਤੁਹਾਡੀ ਇੱਜ਼ਤ ਵਿੱਚ ਲੇਕਿਨ ਔਰ ਤੁਸਾਂ ਫਿਰ ਇਹ ਵੀ ਕਿਹਾ ਸੀ ਅਗਲੀ ਵਾਰ ਮੈਂ ਨਹੀਂ ਲੜਾਂਗਾ ਤੇ ਹੁਣ ਨਹੀਂ ਹੁਣ ਜ਼ਫਰੁੱਲਾ ਖਾਨ ਇਲੈਕਸ਼ਨ ਲੜੇਗਾ ਤੇ ਤੁਸੀਂ ਹੁਣ ਮਿਹਰਬਾਨੀ ਕਰੋ ਨਾ ਲੜੋ ਜਾਂ ਜੋ ਵੀ ਹੈ ਜਾਂ ਅਗਰ ਤੁਸੀਂ ਲੜੋ ਵੀ ਤੇ ਜ਼ਫਰੁੱਲਾ ਖਾਨ ਲੜੇਗਾ ਇਲੈਕਸ਼ਨ ਤੇ ਫਿਰ ਚੋਈ ਸਾਹਿਬ ਦੂਜੇ ਹਲਕੇ ਚੱਲੇ ਗਏ ਚੋਈ ਸਰ ਸ਼ਾਹਬੂਦੀਨ ਤੇ ਫਿਰ ਹੋਇਆ ਕਿ ਚੌਧਰੀ ਸਰ ਸ਼ਾਹਬੂਦੀਨ ਸਾਹਿਬ ਉਸ ਹਲਕੇ 'ਚ ਵੀ ਬਿਲਾ ਮੁਕਾਬਲਾ ਹੋ ਗਿਆ 1926 ਵਿੱਚ ਹੋ ਗਏ ਔਰ ਚੌਧਰੀ ਜ਼ਫਰੁੱਲਾ ਖਾਨ ਸਾਹਿਬ ਇਸ ਹਲਕੇ 'ਚੋਂ ਜਿੱਤ ਗਏ ਇਲੈਕਸ਼ਨ ਇਹਨਾਂ ਦਾ ਹੋ ਗਿਆ ਲੇਕਿਨ ਇਹ ਇਲੈਕਸ਼ਨ ਜਿੱਤ ਗਏ ਬੜੇ ਵਾਜ਼ੇ ਲੀਡ ਤੋਂ ਉਹ ਉਸ ਉਸ ਉਹ ਇਲੈਕਸ਼ਨ ਵੀ ਬੜਾ ਮਜ਼ੇਦਾਰ ਸੀ ਇੱਕ ਕਿਲ੍ਹੇ ਦੇ ਉੱਤੇ ਇਕੱਠ ਹੋਇਆ ਸੀ ਸਿਆਲਕੋਟ ਕਿਲ੍ਹੇ ਦੇ ਉੱਤੇ ਜਿਹਦੇ ਵਿੱਚ ਤਮਾਮ ਜ਼ਿਲ੍ਹੇ ਸਿਆਲਕੋਟ ਦੇ ਰਊਸਾ ਖਾਸ ਕਰ ਮੁਸਲਮਾਨ ਲੇਕਿਨ ਉਦੋਂ ਹੁੰਦਾ ਸੀ ਕਿ ਮੁਸਲਮਾਨ ਹਲਕੇ ਵੱਖਰੇ ਹੁੰਦੇ ਸਨ ਕਿਉਂਕਿ ਆਬਾਦੀ ਦੇ ਲਿਹਾਜ਼ ਨਾਲ ਮੁਸਲਮਾਨ ਸਿਆਲਕੋਟ ਵਿੱਚ ਜ਼ਿਆਦਾ ਸਨ ਠੀਕ ਹੈ ਸਿੱਖ ਸਰਦਾਰ ਵੀ ਆਏ ਸਨ ਸਿੱਖ ਵੀ ਕਾਫੀ ਸਨ ਲੇਕਿਨ ਇੰਨੇ ਜ਼ਿਆਦਾ ਨਹੀਂ ਸਨ ਜਿੰਨੇ ਮੁਸਲਮਾਨ ਸਨ ਤੇ ਸਿੱਖਾਂ ਦੇ ਹਲਕੇ ਫਿਰ ਇਸ ਤਰ੍ਹਾਂ ਹੁੰਦੇ ਸਨ ਉਹ ਹਲਕੇ ਕਿ ਸਿਆਲਕੋਟ ਕੰਮ ਗੁਰਦਾਸਪੁਰ ਸਿਆਲਕੋਟ ਕੰਮ ਰਾਵਲਪਿੰਡੀ ਸਿਆਲਕੋਟ ਕੰਮ ਅੰਮ੍ਰਿਤਸਰ ਇਸ ਤਰ੍ਹਾਂ ਹਲਕੇ ਬਣਾਏ ਜਾਂਦੇ ਸਨ ਯਾਨੀ ਮੇਰੀ ਗੱਲ ਸਮਝ ਮੈਂ ਸਮਝਾ ਪਾ ਰਿਹਾ ਤੁਹਾਨੂੰ ਜੀ ਜੀ ਸਮਝ ਆ ਗਈ ਉਸ ਸਿੱਖ ਕਿਉਂਕਿ ਉਹ ਫਿਰ ਉਹਨਾਂ ਵੀ ਆਖ ਰਿਹਾ ਮੈਨੇ ਹੋਣਾ ਸੀ ਤੇ ਉਹਨਾਂ ਦੇ ਹਲਕੇ ਫਿਰ ਇਸ ਤਰ੍ਹਾਂ ਬਣਾਏ ਸਨ ਉਸ ਆਬਾਦੀ ਦੇ ਲਿਹਾਜ਼ ਨਾਲ ਸ਼ਾਹਕੋਟ ਕਿਲ੍ਹੇ ਤੇ ਇਕੱਠ ਹੋਇਆ ਜਿਹਦੀ ਸਦਾਰਤ ਕੀਤੀ ਮੇਰੇ ਦਾਦਾ ਜੀ ਰਈਸ ਚੌਧਰੀ ਨਸਰੁੱਲਾ ਖਾਨ ਸਾਹਿਬ ਨੇ ਔਰ ਉਹਦੇ ਵਿੱਚ ਤਮਾਮ ਮੁਸਲਮਾਨ ਜ਼ੈਲਦਾਰ ਪੂਰੇ ਸਿਆਲਕੋਟ ਦੇ ਔਰ ਸਿੱਖ ਜ਼ੈਲਦਾਰ ਵੀ ਜਿਹਦੇ ਵਿੱਚ ਕਲਾਸਾਂ ਵਾਲੇ ਵੀ ਸ਼ਾਮਿਲ ਸਨ ਸਿਰਾਂਵਾਰੀ ਵਾਲੇ ਵੀ ਸ਼ਾਮਿਲ ਸਨ ਵਡਾਲੇ ਵਾਲੇ ਵੀ ਸ਼ਾਮਿਲ ਸਨ ਤਮਾਮ ਵੱਡੇ ਚੌਧਰੀ ਸਰਦਾਰ ਸਿੱਖ ਜੀ ਨੇ ਉਹ ਵੀ ਸ਼ਾਮਿਲ ਸਨ ਤੇ ਫੈਸਲਾ ਕੀਤਾ ਗਿਆ ਕਿ ਚੌਧਰੀ ਜ਼ਫਰੁੱਲਾ ਖਾਨ ਇਲੈਕਸ਼ਨ ਉਹਨਾਂ ਕਿਹਾ ਮੇਰਾ ਪੁੱਤਰ ਇਲੈਕਸ਼ਨ ਲੜਨਾ ਚਾਹੁੰਦਾ ਹੈ ਤੇ ਮੈਂ ਸਮਝਦਾ ਕਿ ਸਾਡੇ ਇਲੈਕਸ਼ਨ ਵੀ ਸਾਡਾ ਬਹੁਤ ਵਾਜ਼ੇ ਔਰ ਅਸੀਂ ਵਾਜ਼ੇ ਅਕਸਰੀਅਤ ਜਿੱਤਾਂਗੇ ਤੇ ਮਿਹਰਬਾਨੀ ਕਰੋ ਅਗਰ ਸਾਨੂੰ ਬਿਲਾ ਮੁਕਾਬਲਾ ਹੋਣ ਦਿਓ ਤੇ ਉਹਦੇ ਵਿੱਚ ਕਾਫੀ ਲੋਕਾਂ ਨੇ ਕਿਹਾ ਕਿ ਠੀਕ ਹੈ ਮਤਲਬ ਲੋਕਾਂ ਨੇ ਕਿਹਾ ਬਿਲਾ ਮੁਕਾਬਲਾ ਹੋ ਜਾਓ ਤੁਸੀਂ ਜਦੋਂ ਇਲੈਕਸ਼ਨ ਪੇਪਰ ਦਾਖਲ ਹੋਣ ਦੀ ਜਦੋਂ ਸਿਲਸਿਲਾ ਜਾਰੀ ਹੋਇਆ ਇਲੈਕਸ਼ਨ ਕਾਗਜ਼ ਜਮ੍ਹਾਂ ਕਰਾਉਣ ਦਾ ਤੇ ਉਦੋਂ ਸਾਡੇ ਦੋ ਇਲਾਕੇ ਦੇ ਦੋ ਮੁਜ਼ਜ਼ੀਨ ਬੜੇ ਅੱਛੇ ਖਾਨਦਾਨ ਸਨ ਉਹ ਵੀ ਸਾਡੇ ਅੱਜ ਤੱਕ ਉਹਨਾਂ ਨਾਲ ਬਹੁਤ ਤਾਲੁਕ ਨੇ ਬੜੇ ਸਾਡੇ ਭਾਈ ਨੇ ਸਾਡੇ ਬਜ਼ੁਰਗ ਨੇ ਸਾਡੇ ਅਜ਼ੀਜ਼ ਨੇ ਉਹ ਸਾਡੇ ਪੁਰਾਣੇ ਖਾਨਦਾਨਾਂ ਵਿੱਚ ਜਿਨ੍ਹਾਂ ਵਿੱਚ ਤਾਮੀ ਸਾਹਿਬ ਇਲੈਕਸ਼ਨ ਹੁੰਦਾ ਵੀ ਸੀ ਨਾ ਇਹ ਅੱਜ ਕੱਲ੍ਹ ਦੀ ਤੋਂ ਨਹੀਂ ਸੀ ਹੁੰਦੀ ਬਹੁਤ ਮੈਂ ਤੁਹਾਨੂੰ ਕੀ ਦੱਸਾਂ ਚੌਧਰੀ ਅਸਦੁੱਲਾ ਖਾਨ ਸਾਹਿਬ ਦਾ ਮੀਆਂ ਗੁਲਾਮ ਮਸੂਦ ਸਾਹਿਬ ਸਤਰਾਹ ਵਾਲੇ ਨਾਲ ਮੁਕਾਬਲਾ ਹੋਇਆ ਤੇ ਇਲੈਕਸ਼ਨ ਚੱਲ ਰਿਹਾ ਸੀ ਕੰਪੇਨ ਚੱਲ ਰਹੀ ਸੀ ਇੱਕ ਦੂਜੇ ਦੇ ਖਿਲਾਫ਼ ਵੋਟ ਮੰਗਦੇ ਸਨ ਤੇ ਮੀਆਂ ਜੀ ਗੁਲਾਮ ਮਸੂਦ ਜਦੋਂ ਡਸਕੇ ਹੁੰਦੇ ਸਨ ਤੇ ਸਾਡੇ ਘਰ ਰਹਿੰਦੇ ਸਨ ਇਹ ਮੁਖਾਲਫਤ ਜੇ ਇਹ ਸਿਆਸੀ ਮੁਖਾਲਫਤ ਜੇ ਤੇ ਇਹ ਉੱਥੇ ਜਾਂਦੇ ਸਨ ਤੇ ਉਹਨਾਂ ਵਾਰ ਰਹਿੰਦੇ ਸਨ ਇਹ ਹਾਲਾਤ ਸਾ ਜੇ ਉਦੋਂ ਲੋਕ ਖਾਨਦਾਨੀ ਵੱਡੇ ਲੋਕ ਹੁੰਦੇ ਸਨ ਤੇ ਉਹਦੇ ਵਿੱਚ ਉਹਨਾਂ ਨੇ ਕਿਹਾ ਠੀਕ ਹੈ ਚੋਈ ਸਾਹਿਬ ਇੱਜ਼ਤ ਕੀਤੀ ਉਹਨਾਂ ਸਭ ਨੇ ਤੇ ਉਹਨਾਂ ਕਿਹਾ ਕਿ ਤੁਸੀਂ ਬਿਲਾ ਮੁਕਾਬਲਾ ਚੋਈ ਜ਼ਫਰੁੱਲਾ ਖਾਨ ਹੋ ਜਾਏ 1926 ਦੇ ਇਲੈਕਸ਼ਨ ਦੀ ਗੱਲ ਹੈ ਜਦੋਂ ਇਲੈਕਸ਼ਨ ਨਜ਼ਦੀਕ ਆਇਆ ਤੇ ਚੌਧਰੀ ਜਹਾਨ ਖਾਨ ਸਾਹਿਬ ਜ਼ੈਲਦਾਰ ਚੋਈ ਜਹਾਨ ਖਾਨ ਸਾਹਿਬ ਜਿਹੜੇ ਨੇ 1926 ਦਾ ਇਲੈਕਸ਼ਨ ਉਹ ਚੋਈ ਜਹਾਨ ਖਾਨ ਸਾਹਿਬ ਗੁਰਾਇਆ ਬੁੱਢੇ ਗਰਾਏ ਦੇ ਜ਼ੈਲਦਾਰ ਸਨ ਡਸਕੇ ਨਾਲ ਪਿੰਡੇ ਬੁੱਢਾ ਗਰਾਇਆ ਉਹ ਉਹਨਾਂ ਦਾ ਮੁਕਾਬਲਾ ਉਦੋਂ ਪਹਿਲਾਂ 1920 ਦੇ ਇਲੈਕਸ਼ਨ ਵਿੱਚ ਉਹ ਹਾਰੇ ਸਨ ਚੌਧਰੀ ਸਰ ਸ਼ਾਹਬੂਦੀਨ ਕੋਲੋਂ
ਤੇ ਅਗਲਾ ਇਲੈਕਸ਼ਨ ਜਦੋਂ ਆਇਆ ਤੇ ਉਹਨਾਂ ਉੱਥੇ ਬਹਿ ਕੇ ਫੈਸਲਾ ਹੋ ਗਿਆ ਕਿ ਉਹ ਇਲੈਕਸ਼ਨ ਨਹੀਂ ਲੜਨਗੇ ਔਰ ਮੇਰੇ ਪੜਦਾਦਾ ਜੀ ਨੂੰ ਉਹਨਾਂ ਕਿਹਾ ਕਿ ਅਸੀਂ ਤੁਹਾਡੇ ਮਦਦ ਕਰਾਂਗੇ ਔਰ ਚੋਈ ਜ਼ਫਰੁੱਲਾ ਖਾਨ ਸਾਹਿਬ ਨੂੰ ਕਰਾਵਾਂਗੇ। ਜਦੋਂ ਇਲੈਕਸ਼ਨ ਸ਼ੁਰੂ ਹੋਇਆ ਤੇ ਚੋਈ ਜਹਾਨ ਖਾਨ ਸਾਹਿਬ ਦੇ ਮੁਤਲਕ ਵੀ ਸੁਣ ਲਿਆ, ਉਹਨਾਂ ਵੀ ਕਿਹਾ ਕਿ ਮੈਂ ਵੀ ਖੜਾ ਹੋ ਰਿਹਾ। ਉਹ ਸਾਡੇ ਪੜਦਾਦਾ ਜੀ ਨੂੰ ਪਤਾ ਲੱਗਾ ਤੇ ਡਸਕਿਓ ਮੇਰੇ ਪੜਦਾਦਾ ਜੀ ਔਰ ਚੋਈ ਨਸਰੁੱਲਾ ਖਾਨ ਸਾਹਿਬ ਨਾਲ ਚੌਧਰੀ ਸਰ ਜ਼ਫਰੁੱਲਾ ਖਾਨ ਸਾਹਿਬ ਨਾਲ ਸਾਡੇ ਇਲਾਕੇ ਦੇ ਇੱਕ ਬਹੁਤ ਵੱਡੇ ਬੜੇ ਹੀ ਵੱਡੇ ਨੇਕ ਆਦਮੀ ਔਰ ਵੱਡੇ ਬੰਦੇ ਸਨ, ਖਾਨ ਬਹਾਦਰ ਚੌਧਰੀ ਕਾਸਮ ਅਲੀ ਖਾਨ ਸਾਹਿਬ ਜ਼ੈਲਦਾਰ ਬਦੋ ਪਿਆਰ ਦੇ ਚੀਮੇ ਸਨ। ਖਾਨ ਬਹਾਦਰ ਸਾਹਿਬ ਬਹੁਤ ਵੱਡੇ ਬੰਦੇ ਸਨ, ਆਨਰੇਰੀ ਮੈਜਿਸਟਰੇਟ ਵੀ ਸਨ ਉਹ। ਉਹਨਾਂ ਦਾ ਜ਼ਿਕਰ ਅੱਗੇ ਜਾ ਕੇ ਮੈਂ ਲਿਆਵਾਂਗਾ। ਬੜਾ ਵੱਡਾ ਬੰਦਾ ਸੀ ਉਹ ਖਾਨ ਬਹਾਦਰ ਸਾਹਿਬ। ਉਹ ਮੇਰੇ ਅੱਬਾ ਜੀ ਦੇ ਮਾਮਾ ਜੀ ਵੀ ਲੱਗਦੇ ਸਨ, ਮੇਰੀ ਦਾਦੀ ਜੀ ਦੇ ਉਹ ਸੈਕਿੰਡ ਕਜ਼ਨ ਸਨ। ਡਸਕੇ ਦੇ ਨਾਲ ਪਿੰਡੇ ਬਦੋ ਕੀ ਚੀਮਾ ਉੱਥੋਂ ਦੇ ਸਨ। ਉਹਨਾਂ ਦੇ ਬਾਅਦ ਵਿੱਚ ਉਹਨਾਂ ਦੇ ਬੇਟੇ ਐਮ ਪੀ ਏ ਵੀ ਹੋਏ, ਉਹਨਾਂ ਦੇ ਭਤੀਜੇ ਆਈ ਜੀ ਪੰਜਾਬ ਵੀ ਹੋਏ, ਸੈਕਟਰੀ ਹੋਵੇ। ਹਾਲੇ ਤੀਕਰ ਉਸ ਖਾਨਦਾਨ ਤੇ ਅੱਲਾ ਦਾ ਬੜਾ ਫਜ਼ਲ ਏ ਔਰ ਬੜੇ ਅੱਛੇ ਲੋਕ ਨੇ ਉਹ। ਤੇ ਖਾਨ ਬਹਾਦਰ ਚੌਧਰੀ ਕਾਸਮ ਅਲੀ ਖਾਨ ਸਾਹਿਬ ਬਦੋ ਗਿਆ ਨੇ ਜ਼ੈਲਦਾਰ, ਮੇਰੇ ਦਾਦਾ ਜੀ ਔਰ ਵੱਡੇ ਦਾਦਾ ਜੀ ਔਰ ਪੜਦਾਦਾ ਜੀ ਔਰ ਨਾਲ ਇਲਾਕੇ ਦੇ ਹੋਰ ਤਮਾਮ ਵੱਡੇ ਰਈਸ ਇਹ ਚੋਈ ਜਹਾਨ ਖਾਨ ਸਾਹਿਬ ਕੋਲ ਗਏ ਬੁੱਢੇ ਗਰਾਏ। ਇਹ ਵਾਕਿਆ ਹੋਵੇ, ਕਿਤਾਬ ਵਿੱਚ ਵੀ ਲਿਖਿਆ ਹੋਇਆ ਬਾਬਾ ਜੀ ਨੇ ਆਪਣੀ ਕਿਤਾਬ ਵਿੱਚ। ਇਹ ਬੁੱਢੇ ਗਰਾਏ ਗਏ ਤੇ ਇਹਨਾਂ ਜਾ ਕੇ ਉਹਨਾਂ ਨੂੰ ਉਹਨਾਂ ਦਾ ਵਾਅਦਾ ਯਾਦ ਕਰਾਇਆ। ਉਹਨੇ ਕਿਹਾ ਚੌਈ ਸਾਹਿਬ ਤੁਸੀਂ ਖਾਨਦਾਨੀ ਆਦਮੀ ਹੋ ਔਰ ਤੁਸਾਂ ਉਸ ਮੀਟਿੰਗ ਵਿੱਚ ਵੀ ਸ਼ਾਮਿਲ ਸੋ ਤੁਸੀਂ ਔਰ ਤੁਸਾਂ ਇਹ ਅਹਿਦ ਕੀਤਾ ਸੀ, ਅਸੀਂ ਤੁਹਾਨੂੰ ਯਾਦ ਕਰਾਉਣ ਆਏ ਹਾਂ ਤੇ ਤੁਸੀਂ ਚੌਈ ਜ਼ਫਰੁੱਲਾ ਖਾਨ ਨੂੰ ਬਿਲਾ ਮੁਕਾਬਲਾ ਹੋਣ ਦਿਓ। ਉਹਨਾਂ ਨੇ ਕਿਹਾ ਕਿ ਉਹਨਾਂ ਨੇ ਬੜੀ ਮਹਿਮਾਨ ਨਵਾਜ਼ੀ ਕੀਤੀ, ਰਾਤ ਰੱਖਿਆ। ਉਹਨੇ ਕਿਹਾ ਰਾਤ ਰਹੋ, ਜਾਓ ਨਾ, ਵਾਪਿਸ ਰਹਿ ਜਾਓ। ਉਹ ਰਹਿ ਗਏ ਉਹਨਾਂ ਕੋਲ ਤੇ ਉਹਨਾਂ ਕਿਹਾ ਕਿ ਹਾਂ ਮੈਨੂੰ ਆਪਣਾ ਵਾਅਦਾ ਯਾਦ ਆ ਗਿਆ ਤੇ ਮੈਂ ਇਲੈਕਸ਼ਨ ਨਹੀਂ ਲੜਾਂਗਾ, ਮੈਂ ਜ਼ਫਰੁੱਲਾ ਖਾਨ ਸਾਹਿਬ ਦੀ ਮਦਦ ਕਰਾਂ। ਉਹਨਾਂ ਦੀ ਮਿਹਰਬਾਨੀ, ਉਹਨਾਂ ਇਲੈਕਸ਼ਨ ਨਾ ਲੜਿਆ। ਉਦੋਂ ਬਾਅਦ ਇਲੈਕਸ਼ਨ ਆ ਗਿਆ ਤੇ ਸਾਡੇ ਇੱਕ ਅਜ਼ੀਜ਼ ਸਨ ਚੌਧਰੀ ਅਕਬਰ ਅਲੀ ਖਾਨ ਸਾਹਿਬ ਕੋਟਲੀ ਨੂੰ ਉਹਨਾਂ ਦੇ ਘੁੰਮਣ ਸਨ। ਉਹ ਘੁੰਮਣਾ ਵਿੱਚੋਂ ਵੱਡਾ ਖਾਨਦਾਨ ਸੀ, ਘੁੰਮਣਾ ਵਿੱਚੋਂ ਵੱਡਾ ਖਾਨਦਾਨ ਸੀ ਕੋਟਲੀ ਨੂੰਨਾ ਵਾਲੇ। ਅੱਜ ਵੀ ਸਾਡੇ ਰਿਸ਼ਤੇਦਾਰ ਨੇ, ਅਜ਼ੀਜ਼ ਨੇ, ਬਹੁਤ ਦੋਸਤੀਆਂ ਨੇ ਉਹਨਾਂ ਨਾਲ ਸਾਡੀਆਂ, ਬੜਾ ਤਾਲੁਕ ਕਰੋ ਆਣ ਜਾਣ ਔਰਤਾਂ ਦਾ, ਮਤਲਬ ਸਾਡਾ ਘਰ ਹੈ, ਸਾਡਾ ਘਰ ਹੈ ਉਹ। ਤੇ ਚੌਧਰੀ ਅਕਬਰ ਅਲੀ ਖਾਨ ਸਾਹਿਬ ਨੇ ਇਲੈਕਸ਼ਨ ਲੜਨ ਦਾ ਐਲਾਨ ਕਰ ਦਿੱਤਾ ਬਾਬੇ ਜ਼ਫਰੁੱਲਾ ਖਾਨ ਦੇ ਮੁਕਾਬਲੇ 'ਚ। ਤੇ ਫਿਰ ਇਸੇ ਤਰ੍ਹਾਂ ਦਾ ਇੱਕ ਵਫਦ ਚੌਈ ਸਾਹਿਬ ਕੋਲ ਵੀ ਗਿਆ, ਚੌਈ ਅਕਬਰ ਅਲੀ ਖਾਨ ਸਾਹਿਬ ਕੋਲ। ਉਹਨੇ ਕਿਹਾ ਤੁਸੀਂ ਸਾਡੇ ਅਜ਼ੀਜ਼ ਹੋ, ਰਿਸ਼ਤੇਦਾਰ ਹੋ, ਮਿਹਰਬਾਨੀ ਫਰਮਾਓ, ਇਲੈਕਸ਼ਨ ਨਾ ਲੜੋ। ਤੇ ਚੌਧਰੀ ਅਕਬਰ ਅਲੀ ਖਾਨ ਸਾਹਿਬ ਦਾ ਬੜਾ ਹਿੱਸੇ ਮਜ਼ਾਕ, ਸੈਂਸ ਆਫ ਹਿਊਮਰ ਬਹੁਤ ਜ਼ਬਰਦਸਤ, ਬੜਾ ਜ਼ਿੰਦਾ ਦਿਲ ਆਦਮੀ ਸਨ ਔਰ ਛੋਟੀ ਛੋਟੀ ਗੱਲ ਚੋਂ ਮਜ਼ਾ ਪੈਦਾ ਕਰਦੇ ਸਨ। ਉਹਨਾਂ ਨੇ ਕਿਹਾ ਕਿ ਹਾਂ ਮੈਨੂੰ ਪਤਾ ਹੈ, ਉਹ ਮੇਰੇ ਦਾਦਾ ਜੀ ਚੌਈ ਜ਼ਫਰੁੱਲਾ ਖਾਨ ਉਮਰ 'ਚ ਵੱਡੇ ਸਨ। ਉਹਨਾਂ ਮੇਰੇ ਪੜਦਾਦੇ ਚੌਈ ਨਸਰੁੱਲਾ ਖਾਨ ਸਾਹਿਬ ਨੂੰ ਕਿਹਾ ਕਿ ਮੈਨੂੰ ਪਤਾ ਹੈ ਭਰਾ ਜੀ ਕਿ ਜ਼ਫਰੁੱਲਾ ਖਾਨ ਦਾ ਇਲੈਕਸ਼ਨ ਬਹੁਤ ਪੜ੍ਹਿਆ ਲਿਖਿਆ ਹੈ ਔਰ ਇਹਨੇ ਜਿੱਤ ਜਾਣਾ ਹੈ ਇਹਦਾ ਬੜਾ ਇਸ ਵੇਲੇ ਵੇ। ਲੇਕਿਨ ਮਜ਼ਾਕ ਨਾਲ ਉਹਨਾਂ ਕਿਹਾ ਕਿ ਇਹ ਮੈਨੂੰ ਉਮੀਦ ਹੈ ਕਿ ਮੇਰੀ ਜ਼ਮਾਨਤ ਜ਼ਬਤ ਨਹੀਂ ਹੋਏਗੀ, ਉਮੀਦ ਹੈ ਕਿ ਜ਼ਮਾਨਤ ਜ਼ਬਤ ਨਹੀਂ ਹੋਏਗੀ। ਬਹਰਹਾਲ ਉਹ ਚੌਧਰੀ ਜ਼ਫਰੁੱਲਾ ਖਾਨ ਸਾਹਿਬ ਉਹ ਇਲੈਕਸ਼ਨ ਜਿੱਤ ਗਏ ਸਨ 1926 ਦਾ। ਤੇ ਲੇਕਿਨ ਸਭ ਤੋਂ ਪਹਿਲਾਂ ਮੁਬਾਰਕ ਦੇਣ ਵਿੱਚ ਚੌਧਰੀ ਅਕਬਰ ਅਲੀ ਖਾਨ ਸਾਹਿਬ ਸ਼ਾਮਿਲ ਸਨ ਔਰ ਸਾਡੇ ਹਮੇਸ਼ਾ ਅਸੀਂ ਮੇਰੇ ਬਜ਼ੁਰਗ, ਮੇਰੇ ਦਾਦੇ ਪੜਦਾਦੇ ਉਹਨਾਂ ਦੀ ਬਹੁਤ ਇੱਜ਼ਤ, ਮੇਰੇ ਦਾਦੇ, ਮੇਰੇ ਅੱਬਾ ਜੀ ਉਹਨਾਂ ਦੀ ਬਹੁਤ ਇੱਜ਼ਤ ਕਰਦੇ ਸਨ। ਅੱਗੋਂ ਚੌਧਰੀ ਅਕਬਰ ਅਲੀ ਖਾਨ ਸਾਹਿਬ ਦੇ ਬੇਟੇ ਸਨ ਕਰਨਲ ਰਿਆਸਤ ਅਲੀ, ਮੈਂ ਆਪਣੇ ਅੱਬਾ ਜੀ ਨੂੰ ਹਮੇਸ਼ਾ ਉਹਨਾਂ ਨੂੰ ਚੌਕੇ ਮਿਲਦਾ ਵੇਖਿਆ ਚੌਧਰੀ ਰਿਆਸਤ ਅਲੀ ਸਾਹਿਬ ਨੂੰ। ਤੇ ਅੱਗੋਂ ਚੌਧਰੀ ਅਕਬਰ ਅਲੀ ਖਾਨ ਸਾਹਿਬ ਦੀ ਵੀ ਇੱਕ ਗੱਲ ਜ਼ਿਮਨਨ ਯਾਦ ਆ ਗਈ ਹੈ ਮੈਨੂੰ, ਉਹਨੂੰ ਵੀ ਸੁਣਾਵਾਂਗਾ। ਘੁੰਮਣ ਸਨ ਉਹ, ਚੌਧਰੀ ਅਕਬਰ ਅਲੀ ਖਾਨ ਸਾਹਿਬ ਬੜੇ ਖਰਚ, ਖੁੱਲ੍ਹੇ ਹੱਥ ਖਰਚ ਕਰਨ ਵਾਲੇ ਸਨ। ਉਹਨਾਂ ਦੀ ਭੈਣ ਦੀ ਸ਼ਾਦੀ ਆ ਗਈ ਤੇ ਉਹਨਾਂ ਆਪਣੀ ਭੈਣ ਦੀ ਸ਼ਾਦੀ ਤੋਂ ਕਈ ਦਿਨ ਪਹਿਲਾਂ ਹੀ ਕੋਲੀ ਨੂਨਾ ਵਿੱਚ ਬਾਜ਼ਾਰ ਲਵਾ ਦਿੱਤਾ ਕਿ ਜਿਹੜਾ ਮਰਜ਼ੀ ਜਲੇਬੀਆਂ ਖਾਏ ਮੁਫ਼ਤ ਖਾਏ, ਪਾਪੜ ਖਾਏ ਮੁਫ਼ਤ ਖਾਏ, ਮਿਠਾਈ ਖਾਏ ਮੁਫ਼ਤ ਖਾਏ, ਦੁੱਧ ਪੀਏ, ਰੋਹ ਪੀਏ, ਮੁਫ਼ਤ ਪੀਏ, ਬਾਜ਼ਾਰ ਲਵਾ ਦਿੱਤਾ। ਤੇ ਉਹਨਾਂ ਦੀ ਮਾਂ ਨੇ ਕਿਹਾ ਉਹਨਾਂ ਨੂੰ ਕਿ ਅਕਬਰ ਅਲੀ ਤੂੰ ਤੇ ਉੱਚੜ ਚੱਲਣਾ, ਕੀ ਕਰਨਾ ਪਿਆ, ਕੀ ਕਰਨਾ ਪਿਆ, ਉੱਚੜ ਚੱਲਣਾ। ਉਹਨਾਂ ਨੇ ਕਿਹਾ ਬੇਬੇ ਜੀ ਯਾ ਮੇਰਾ ਨਾਂ ਅਕਬਰ ਨਹੀਂ ਸੀ ਰੱਖਣਾ। ਉਹਨਾਂ ਕਿਹਾ ਹੁਣ ਮੈਨੂੰ ਮੋੜੋ ਨਾ ਇਸ ਗੱਲ ਤੋਂ। ਉਹਨਾਂ ਦੀ ਇੱਕ ਜ਼ਮੀਨੀ ਚੁੱਕਣ ਦਾ ਜ਼ਿਕਰ ਆਇਆ ਤੇ ਮੈਂ ਉਹਨਾਂ ਦੀ ਗੱਲ ਸੁਣਾਤੀ, ਅਸੀਂ ਬਚਪਨ ਤੋਂ ਸੁਣਦੇ ਆਏ ਹਾਂ ਉਹਨਾਂ ਦੀ। ਉਹ ਚੌਈ ਸਾਹਿਬ ਚੌਈ ਜ਼ਫਰੁੱਲਾ ਖਾਨ ਸਾਹਿਬ ਉਹ ਇਲੈਕਸ਼ਨ ਜਿੱਤ ਗਏ। ਅਗਲਾ ਇਲੈਕਸ਼ਨ ਆਇਆ ਤੇ ਅਗਲਾ ਇਲੈਕਸ਼ਨ ਚੌਈ ਸਾਹਿਬ ਜ਼ਫਰੁੱਲਾ ਖਾਨ ਸਾਹਿਬ 1930 ਦਾ ਬਿਲਾ ਮੁਕਾਬਲਾ ਜਿੱਤ ਗਏ। ਉਧਰੋਂ ਚੌਈ ਸਾਹਿਬ ਸਰ ਸ਼ਾਹਬੂਦੀਨ ਸਾਹਿਬ ਵੀ ਬਿਲਾ ਮੁਕਾਬਲਾ ਜਿੱਤ ਗਏ ਔਰ ਚੌਧਰੀ ਸੋਲਾ ਖਾਨ ਸਾਹਿਬ ਮੁਕਾਬਲੇ ਨਾਲ ਜਿੱਤ ਗਏ ਇਲੈਕਸ਼ਨ 1930 ਦਾ। ਉਦੋਂ ਵੀ ਭਰਾ ਜਿੱਤ ਗਿਆ ਐਮ ਐਲ ਏ ਉੱਤੇ ਆ ਕੇ। ਉਸ ਤੋਂ ਬਾਅਦ ਮੇਰੇ ਦਾਦਾ ਜਿਹੜੇ ਚੌਈ ਸ਼ੁਕਰੁੱਲਾ ਖਾਨ ਸਾਹਿਬ ਸਨ ਉਹ ਖੁਦ ਇਲੈਕਸ਼ਨ ਨਹੀਂ ਸਨ ਲੜਦੇ, ਉਹਨਾਂ ਦੇ ਭਰਾ ਜੀ ਲੜਦੇ ਸਨ ਤੇ ਮਾਸ਼ਾਅੱਲਾ ਉੱਤੇ ਤੱਕ ਜਾਂਦੇ ਸਨ ਸਾਰੇ। ਉਹਨਾਂ ਦਾ ਕੰਮ ਆਪਣੇ ਇਲਾਕੇ ਦੀ ਆਪਣੀ ਜ਼ਮੀਨ, ਆਪਣੀ ਜਾਇਦਾਦ ਔਰ ਅਸਰੋ ਰਸੂਖ ਔਰ ਪਰਿਆ ਪੰਚਾਇਤ ਔਰ ਇਲਾਕੇ ਚ ਅਮਨ ਔਰ ਇਹ ਸਾਰਾ, ਮਤਲਬ ਬੇਸਿਕਲੀ
ਲੇਕਿਨ ਅਗਰ ਸੱਚ ਵੇਖਿਆ ਜਾਏ ਤਾਂ ਖਾਨਦਾਨ ਦੀ ਬੈਕਬੋਨ ਉਹ ਬੰਦਾ ਸੀ ਜਿਹਦੇ ਹੱਥ ਵਿੱਚ ਸਭ ਕੁਛ ਸੀ। ਕਿਉਂਕਿ ਮੇਰੇ ਦੂਜੇ ਦਾਦੇ ਤੇ ਕੋਈ ਲਾਹੌਰੋਂ ਆਉਂਦਾ ਸੀ, ਕੋਈ ਸ਼ਿਮਲੇ ਆਉਂਦਾ ਸੀ, ਇਲੈਕਸ਼ਨ ਲੜਦੇ ਸਨ, ਚਲੇ ਜਾਂਦੇ ਸਨ। ਇਹ ਜਿਹੜਾ ਕਿਲਾ ਸੀ ਇਹ ਸ਼ਕੁਰਲਾ ਖਾਨ ਦਾ ਕਿਲਾ ਸੀ, ਉਹਦਾ ਸੀ। ਉਸ ਤੋਂ ਬਾਅਦ ਚੌਧਰੀ ਅਬਦੁੱਲਾ ਖਾਨ ਸਾਹਿਬ ਜਿਹੜੇ ਸਨ ਮੇਰੇ ਤੀਸਰੇ ਨੰਬਰ ਦਾਦਾ ਜੀ, ਉਹ ਸਨ ਬਹੁਤ ਵੱਡੇ ਆਫਿਸਰ ਸਨ। ਪਹਿਲਾਂ ਉਹ ਡਿਸਟ੍ਰਿਕਟ ਪੰਚਾਇਤ ਅਫਸਰ ਰਹੇ ਨੇ, ਮੁਜ਼ੱਫਰਗੜ੍ਹ ਵੀ ਲੱਗੇ ਰਹੇ ਨੇ ਔਰ ਮੁਖਤਲਿਫ ਜਗ੍ਹਾ 'ਚ। ਫਿਰ ਉਹ ਜਿਹੜੀ ਐਵੈਕੂਇਸ ਪ੍ਰੋਪਰਟੀ ਹੋਈਆਂ ਸਨ ਜਿਹੜੀਆਂ ਮਾਜਰ ਗਏ ਸਨ ਸਾਰੇ, ਉਹਦੇ ਕਸਟੋਡੀਅਨ ਕਮਿਸ਼ਨਰ ਲੱਗੇ ਸਨ ਉਹਦੇ, ਉਹਨਾਂ ਪ੍ਰੋਪਰਟੀਜ਼ ਦੇ ਕਰਾਚੀ ਉਹਨਾਂ ਦਾ। ਤੇ ਉਹ ਬਹੁਤ ਵੱਡੀ ਇੱਕ ਜ਼ਿੰਮੇਵਾਰੀ ਸੀ ਉਸ ਜ਼ਮਾਨੇ ਵਿੱਚ ਸਾਰੀ। ਤੇ ਇਹ ਮੇਰੇ ਦਾਦਿਆਂ ਦੀ ਸਨ ਸਿਆਸੀ ਤੌਰ ਤੇ। ਫਿਰ ਬਾਬਾ ਜੀ ਜ਼ਫਰੁੱਲਾ ਖਾਨ ਉਹਦੇ, ਅੱਛਾ ਚੋ ਇਸਦੁੱਲਾ ਖਾਨ ਸਾਹਿਬ ਮੇਰੇ ਛੋਟੇ ਦਾਦਾ ਜੀ ਜਿਹੜੇ ਸਨ ਉਹ ਲਾਹੌਰ ਹਾਈਕੋਰਟ ਬਾਰ ਦੇ ਸੈਕਟਰੀ ਵੀ ਹੋਏ ਪ੍ਰੀ ਪਾਰਟੀਸ਼ਨ। ਔਰ ਉਸ ਜ਼ਮਾਨੇ ਚ ਤੁਸੀਂ ਜਾਣਦੇ ਹੋ ਕਿਹੜੇ ਕਿਹੜੇ ਲੋਕ ਕਿੰਨੇ ਸਰ ਦੇ ਖਿਤਾਬ ਵਾਲੇ ਵਕੀਲ ਸਨ, ਕਿੰਨੇ ਕਿੰਨੇ ਖਾਨ ਬਹਾਦੁਰ, ਸਰਦਾਰ ਬਹਾਦੁਰ, ਰਾਏ ਬਹਾਦੁਰ, ਦੀਵਾਨ ਵਕੀਲ ਸਨ। ਉਹ ਜ਼ਮਾਨਾ ਹੋਰ ਲੋਕਾਂ ਦਾ ਸੀ, ਇੰਗਲੈਂਡ ਤੋਂ ਪੜੇ ਹੋਏ ਲੋਕ ਸਾਰੇ ਲਾਹੌਰ ਹਾਈਕੋਰਟ ਬਾਰ ਦੇ ਰਹੇ, ਉਹਨਾਂ ਦੇ ਸੈਕਟਰੀ ਰਹੇ। ਸਿਆਸਤ ਵਿੱਚ ਇਹਨਾਂ ਨੇ ਬੜਾ ਅਰੂਜ ਪਾਇਆ। ਮੀਆਂ ਸਰ ਫਜ਼ਲੇ ਹੁਸੈਨ ਸਾਹਿਬ, ਅੱਲਾਹ ਤਾਲਾ ਉਹਨਾਂ ਦੇ ਬੁਲੰਦ ਮੁਕਾਮ ਕਰੇ, ਰੱਬ ਅੱਲਾਹ ਦੇ ਬੁਲੰਦ ਮੁਕਾਮ ਕਰੇ, ਇੱਕ ਪੰਜਾਬ ਚ ਮਾਡਰਨ ਪੰਜਾਬ ਦਾ ਉਹ ਪਿਓ ਸੀ ਮੀਆਂ ਸਰ ਫਜ਼ਲੇ ਹੁਸੈਨ। ਮਾਡਰਨ ਪੰਜਾਬ ਜਿਹੜਾ ਸੀ, ਜਿਹੜਾ ਅੰਗਰੇਜ਼ ਦੇ ਦੌਰ ਦੇ ਵਿੱਚ ਪੰਜਾਬ ਨੂੰ ਮਾਡਰਨ ਕੀਤਾ, ਉਹ ਪਿਓ ਸੀ ਪੰਜਾਬ ਦਾ। ਜਿਹੜਾ ਤੁਸੀਂ ਆਉਂਦੇ ਹੋ ਪੁਰਾਣੇ ਜ਼ਮਾਨੇ ਚ ਕਿ 47 ਤੋਂ ਪਹਿਲਾਂ ਸਾਡੇ ਪਿੰਡ ਸਕੂਲ ਸੀ, 47 ਤੋਂ ਪਹਿਲਾਂ ਸਾਡੇ ਪਿੰਡ ਹਸਪਤਾਲ ਸੀ ਛੋਟਾ, ਜਾਂ ਡਿਸਪੈਂਸਰੀ ਸੀ, ਜਾਂ ਡੰਗਰਾਂ ਦਾ ਹਸਪਤਾਲ ਸੀ, ਇਹ ਉਸ ਦੌਰ ਦੀਆਂ ਸਾਰੀ ਗੱਲਾਂ ਸਨ। ਔਰ ਉਹ ਬੜਾ ਵਿਜ਼ਨਰੀ ਆਦਮੀ ਸੀ। ਉਹਨਾਂ ਨੇ ਵਾਇਸਰਾਏ ਦੀ ਐਗਜ਼ੈਕਟਿਵ ਕੌਂਸਲ ਇੱਕ ਹੁੰਦੀ ਸੀ, ਵਾਇਸਰਾਏ ਦੀ ਐਗਜ਼ੈਕਟਿਵ ਕੌਂਸਲ, ਵਾਇਸਰਾਏ ਦੀ ਐਗਜ਼ੈਕਟਿਵ ਕੌਂਸਲ ਦੇ ਅੱਠ ਬੰਦਿਆਂ ਦੀ ਵਾਇਸਰਾਏ ਐਗਜ਼ੈਕਟਿਵ ਕੌਂਸਲ ਹੁੰਦੀ ਸੀ, ਸਟਰੈਂਥ ਸਾਰੀ, ਜਿਹਦੇ ਵਿੱਚ ਪੰਜ ਗੋਰੇ ਸਨ ਵਾਇਸਰਾਏ, ਔਰ ਆਰਮਡ ਫੋਰਸਿਸ ਦਾ ਚੀਫ 2 ਹੋ ਗਏ, ਔਰ 3 ਹੋਰ ਗੋਰੇ, ਔਰ 3 ਇੰਡੀਅਨ ਹੁੰਦੇ ਸਨ, ਸਿਰਫ 3 ਇੰਡੀਅਨ, ਜਿਹਨਾਂ ਚੋਂ ਇੱਕ ਮੁਸਲਮਾਨ ਹੁੰਦਾ ਸੀ ਔਰ 2 ਨਾਨ ਮੁਸਲਿਮ ਹੁੰਦੇ ਸਨ। ਤੇ ਮੁਸਲਮਾਨ ਜਿਹੜੇ ਸਨ ਉਸ ਜ਼ਮਾਨੇ ਚ ਸਨ ਮੀਆਂ ਸਰ ਫਜ਼ਲੇ ਹੁਸੈਨ ਮੈਂਬਰ, ਮੀਆਂ ਸਰ ਫਜ਼ਲੇ ਹੁਸੈਨ ਤੋਂ ਪਹਿਲਾਂ ਸਨ ਸਰ ਮੁਹੰਮਦ ਸ਼ਫੀ। ਠੀਕ, ਸਰ ਫਜ਼ਲੇ ਹੁਸੈਨ ਸਾਹਿਬ ਨੇ ਅਸਤੀਫਾ ਦਿੱਤਾ ਐਗਜ਼ੈਕਟਿਵ ਕੌਂਸਲ ਦੀ ਮੈਂਬਰਸ਼ਿਪ। ਉਦੋਂ ਐਗਜ਼ੈਕਟਿਵ ਕੌਂਸਲ ਹੀ ਕਾਬੀਨਾ ਹੁੰਦੀ ਸੀ, ਬਲਕਿ ਕੈਬਨਿਟ ਜਿਹਨੂੰ ਆਉਂਦੇ ਹੋ, ਕੈਬਨਿਟ ਦੇ ਬਹੁਤ ਛੋਟੀ ਚੀਜ਼ ਸੀ, ਉਹ ਤੇ ਬਹੁਤ ਵੱਡੀ ਗੱਲ ਸੀ। ਰਾਜੇ ਮਹਾਰਾਜੇ ਉਹਦੇ ਮੈਂਬਰ ਨਹੀਂ ਸਨ ਹੁੰਦੇ ਐਗਜ਼ੈਕਟਿਵ ਕੌਂਸਲ ਦੇ। ਤੇ ਉਹਨਾਂ ਨੇ ਉਹਦਾ ਚੌਧਰੀ ਸਰ, ਉਹਨਾਂ ਨੇ ਫਜ਼ਲੇ ਹੁਸੈਨ ਸਾਹਿਬ ਨੇ ਅਸਤੀਫਾ ਦਿੱਤਾ ਤੇ ਚੌਧਰੀ ਸਰ ਜ਼ਫਰੁੱਲਾ ਖਾਨ ਸਾਹਿਬ ਨੂੰ ਉਹਨਾਂ ਰਿਕਮੈਂਡ ਕੀਤਾ ਤੇ ਸਰ ਜ਼ਫਰੁੱਲਾ ਖਾਨ ਵਾਇਸਰਾਏ ਦੀ ਐਗਜ਼ੈਕਟਿਵ ਕੌਂਸਲ ਦੇ ਮੈਂਬਰ ਬਣੇ ਔਰ ਯੰਗੈਸਟ ਮੈਂਬਰ ਬਣੇ, ਯਾਨੀ ਸਭ ਤੋਂ ਕਮ ਉਮਰ ਤਰੀਨ ਮੈਂਬਰ ਬਣੇ ਵਾਇਸਰਾਏ ਦੀ ਐਗਜ਼ੈਕਟਿਵ ਕੌਂਸਲ ਦੇ। ਉਸ ਤੋਂ ਬਾਅਦ ਇਹਨੂੰ ਰੇਲਵੇ ਦੀ ਮਿਨਿਸਟਰੀ ਮਿਲੀ, ਮਹਿਕਮਾ ਡਾਕ ਦੀ ਮਿਨਿਸਟਰੀ ਮਿਲੀ, ਹੋਰ ਸਾਰੀ ਮਿਨਿਸਟਰੀ ਮਿਲੀਆਂ। ਇਹ ਤੁਹਾਡਾ ਜਿਹੜਾ ਗੁਰਦਾਸਪੁਰ ਵਿੱਚ ਕਾਦੀਆਂ ਰੇਲਵੇ ਵੇ, ਇਹ ਵੀ ਉਸੇ ਦੌਰ ਵਿੱਚ ਪਿਆ ਸੀ ਉਹਨਾਂ ਨੇ। ਔਰ ਉਸ ਤੋਂ ਬਾਅਦ ਇਹ ਨਵਾਬ ਭੋਪਾਲ ਦੇ ਐਡਵਾਈਜ਼ਰ ਹੋਏ, ਤੁਹਾਡੇ ਕੋਲ ਭੋਪਾਲ ਰਿਆਸਤ ਹੈ ਇੰਡੀਆ ਵਿੱਚ, ਉਹਦੇ ਨਵਾਬ ਹਮੀਦੁੱਲਾ ਖਾਨ ਹੁੰਦੇ ਸਨ ਨਵਾਬ ਉੱਥੋਂ ਦੇ ਭੋਪਾਲ ਦੇ, ਜਿਨ੍ਹਾਂ ਦੀ ਵਾਲਦਾ ਬੇਗਮ ਬਾ ਭੋਪਾਲ ਬੜੀ ਮਸ਼ਹੂਰ ਸਨ, ਬੇਗਮ ਬਾ ਭੋਪਾਲ। ਬਾਬਾ ਜੀ ਜ਼ਫਰੁੱਲਾ ਖਾਨ ਨਵਾਬ ਬਾ ਭੋਪਾਲ ਦੇ ਰਹੇ ਐਡਵਾਈਜ਼ਰ, ਵਜ਼ੀਰ ਰਹੇ ਉਹਨਾਂ ਦੀ ਰਿਆਸਤ ਵਿੱਚ, ਜਦੋਂ ਉਹਨਾਂ ਦੀ ਰਿਆਸਤ ਵਿੱਚ ਸਰ ਰੌਸ ਮਸੂਦ ਵੀ ਸਨ ਜਿਹੜੇ ਸਰ ਸੈਯਦ ਅਹਿਮਦ ਖਾਨ ਦੇ ਪੋਤੇ ਸਨ, ਫਿਰ ਇਹਨਾਂ ਨਵਾਬ ਉਹਨਾਂ ਨੂੰ ਵੀ ਉੱਥੇ ਸਰ ਅਲਾਮਾ ਇਕਬਾਲ ਨੂੰ ਵੀ ਉੱਥੇ ਲੈ ਗਏ। ਉਸ ਤੋਂ ਬਾਅਦ ਨਵਾਬ ਹਮੀਦੁੱਲਾ ਖਾਨ ਸਾਹਿਬ ਜਿਹੜੇ ਸਨ, ਇਹ ਇੰਡੀਅਨ ਜਿਹੜੀ ਪ੍ਰੈਸਟੀਜ ਸਟੇਟ ਸਨ, ਜਿੰਨੀਆਂ ਸ਼ਾਹੀ ਰਿਆਸਤਾਂ ਸਨ, ਉਹਦਾ ਇੱਕ ਚੇਂਬਰ ਆਫ ਪ੍ਰਿੰਸਿਸ ਸੀ, ਉਹਦੇ ਹੈਡ ਸਨ, ਚੇਂਬਰ ਆਫ ਪ੍ਰਿੰਸਿਸ ਦੇ ਪ੍ਰੈਜ਼ੀਡੈਂਟ ਸਨ, ਜਾਂ ਚੇਅਰਮੈਨ ਸਨ। ਤੇ ਸਰ ਜ਼ਫਰੁੱਲਾ ਖਾਨ ਸਾਹਿਬ ਚੇਂਬਰ ਆਫ ਪ੍ਰਿੰਸਿਸ ਦੇ ਵੀ ਲੀਗਲ ਐਡਵਾਈਜ਼ਰ ਰਹੇ ਨੇ। ਉਸ ਤੋਂ ਬਾਅਦ ਬਾਬਾ ਜੀ ਜ਼ਫਰੁੱਲਾ ਖਾਨ ਇੰਡੀਆ ਦੇ ਏਜੰਟ ਜਨਰਲ ਵੀ ਰਹੇ ਨੇ ਚਾਈਨਾ ਵਿੱਚ। ਉਦੋਂ ਅੰਬੈਸਡਰ ਜਿਹੜਾ ਚਾਈਨਾ ਔਰ ਅਮਰੀਕਾ ਵਿੱਚ ਹੁੰਦਾ ਸੀ, ਇਹ ਚੂੰਕਿ 2 ਬੜੇ ਵੱਡੇ ਮੁਲਕ ਸਨ, ਤੇ ਉਹਨਾਂ ਦੇ ਏਜੰਟ, ਉਹਨਾਂ ਦੇ ਅੰਬੈਸਡਰ ਨੂੰ ਜਿਹੜੇ ਉਹਨਾਂ ਮੁਲਕਾਂ ਵਿੱਚ ਇੰਡੀਆ ਦੇ ਲੱਗਦੇ ਸਨ, ਉਹਨਾਂ ਨੂੰ ਏਜੰਟ ਜਨਰਲ ਕਹਿੰਦੇ ਸਨ, ਯਾਨੀ ਵੱਡੇ ਅੰਬੈਸਡਰ ਇਹ ਰਹੇ। ਉਸ ਤੋਂ ਬਾਅਦ ਜਿਸ ਤਰ੍ਹਾਂ 1947 ਤੋਂ ਪਹਿਲਾਂ ਇੰਡੀਆ ਜਿਹੜੀ ਸੁਪਰੀਮ ਕੋਰਟ ਸੀ ਉਹ ਫੈਡਰਲ ਕੋਰਟ ਆਫ ਇੰਡੀਆ ਖਵਾਉਂਦੀ ਸੀ, ਸੁਪਰੀਮ ਕੋਰਟ ਸੀ ਗਵਾਉਂਦੀ, ਫੈਡਰਲ ਕੋਰਟ ਆਫ ਇੰਡੀਆ ਦੇ ਵਿੱਚ ਸੀਨੀਅਰ ਜੱਜ ਹੋਏ ਬਾਬੇ ਜ਼ਫਰੁੱਲਾ ਖਾਨ। ਫਿਰ ਜਦੋਂ ਫਿਰ ਪਾਰਟੀਸ਼ਨ ਦਾ ਵਕਤ ਆ ਗਿਆ, ਇਹ ਹਾਲਾਤ ਆ ਗਏ, ਉਦੋਂ ਫਿਰ ਬਾਬਾ ਜੀ ਨੇ ਅਸਤੀਫਾ ਦਿੱਤਾ
ਤੇ ਉਸ ਤੋਂ ਬਾਅਦ ਫਿਰ ਪਾਕਿਸਤਾਨ ਬਾਉਂਡਰੀ ਕਮਿਸ਼ਨ ਦਾ ਕੇਸ ਵੀ ਉਹਨਾਂ ਲੜਿਆ, ਜਿਹੜੀ ਬਾਉਂਡਰੀਜ਼ ਦਾ ਜਿਹੜੀ ਦੋ ਹੱਦਾਂ ਮੁਲਕਾਂ ਦਰਮਿਆਨ ਬਾਉਂਡਰੀ ਹੋਣੀ ਸੀ, ਪੰਜਾਬ ਵੰਡਿਆ ਗਿਆ, ਮੁਲਕ ਵੰਡਿਆ ਗਿਆ, ਸਾਰੀ ਬਾਉਂਡਰੀ ਤੋੜ ਪੂਰੇ ਹਿੰਦੁਸਤਾਨ, ਉਹ ਮੁਸਲਿਮ ਲੀਗ ਦਾ ਕੇਸ ਜਿਹੜਾ ਸੀ ਪੰਜਾਬ ਬਾਉਂਡਰੀ ਦੇ ਉੱਤੇ ਉਹ ਬਾਬੇ ਜ਼ਫਰੁੱਲਾ ਖਾਨ ਲੜਿਆ। ਉਹ ਮੈਂ ਗੱਲ ਭੁੱਲ ਗਿਆ ਸਰ ਦੱਸਣਾ, ਚੌਧਰੀ ਸਾਹਿਬ ਜ਼ਫਰੁੱਲਾ ਖਾਨ ਸਾਹਿਬ ਆਲ ਇੰਡੀਆ ਮੁਸਲਿਮ ਲੀਗ ਦੇ ਪ੍ਰੈਜ਼ੀਡੈਂਟ ਵੀ ਰਹੇ 1931 ਵਿੱਚ, ਆਲ ਇੰਡੀਆ ਮੁਸਲਿਮ ਲੀਗ ਦੇ, ਜਿਹਦੇ ਪ੍ਰੈਜ਼ੀਡੈਂਟ ਪਹਿਲਾਂ ਹਿਜ਼ ਆਇਨਸ ਸਰ ਸੁਲਤਾਨ ਮੁਹੰਮਦ ਖਾਨ ਆਗਾ ਖਾਨ ਵੀ ਰਹੇ ਨੇ, ਹਿਜ਼ ਆਇਨਸ ਆਗਾ ਖਾਨ, ਉਹ ਵੀ ਬਾਬਾ ਜੀ ਜ਼ਫਰੁੱਲਾ ਖਾਨ 1931 ਵਿੱਚ ਆਲ ਇੰਡੀਆ ਮੁਸਲਿਮ ਦੇ ਪ੍ਰੈਜ਼ੀਡੈਂਟ ਵੀ ਰਹੇ। ਉਸ ਤੋਂ ਬਾਅਦ ਮੁਖਤਲਿਫ ਮਰਾਇਲ ਗੁਜ਼ਰਦੇ ਰਹੇ ਸਾਰੇ, ਇਹਦੇ ਵਿੱਚ ਬੜੇ ਮਜ਼ੇਦਾਰ ਕੁਛ ਗੱਲਾਂ ਵੀ ਨੇ, ਜ਼ਮੀਨੀ ਮੈਨੂੰ ਯਾਦ ਆਉਂਦੀਆਂ ਪਈਆਂ। ਸ਼ਿਮਲੇ ਵਿੱਚ ਲਾਰਡ ਵਿਲਿੰਗਟਨ ਨੇ ਵਾਇਸ ਰਾਏ ਹਿੰਦ ਹੋਏ ਨੇ, ਵਾਇਸ ਰਾਏ ਹਿੰਦ ਲਾਰਡ ਵਿਲਿੰਗਟਨ, ਉਹਨਾਂ ਦੀ ਬੀਵੀ ਦੇ ਨਾਂ ਤੇ ਲੇਡੀ ਵਿਲਿੰਗਟਨ ਹਾਸਪਿਟਲ ਵੀ ਹੈ ਲਾਹੌਰ। ਸ਼ਿਮਲੇ ਵਿੱਚ ਗਰਮੀਆਂ ਵਿੱਚ ਮੇਰੀ ਪੜਦਾਦੀ ਜੀ ਔਰ ਮੇਰੇ ਦਾਦਾ ਜੀ ਸਾਰੇ ਇਹ ਗਰਮੀਆਂ ਸ਼ਿਮਲਾ ਗੁਜ਼ਾਰਦੇ ਹੁੰਦੇ ਸਨ। ਬਾਬਾ ਜ਼ਫਰੁੱਲਾ ਖਾਨ ਵਜ਼ੀਰ ਵੀ ਸਨ, ਵਾਸਤੇ ਐਗਜ਼ੀਕਿਊਟਿਵ ਦੇ ਮੈਂਬਰ ਵੀ ਸਨ। ਤੇ ਇੱਕ ਦਿਨ, ਅੱਛਾ, ਜਿਹੜੀ ਲੇਡੀ ਵਿਲਿੰਗਟਨ ਸਨ ਉਹ ਮੇਰੀ ਪੜਦਾਦੀ ਜੀ ਨੂੰ, ਮੈਂ ਤੁਹਾਨੂੰ ਇੱਕ ਔਨ ਰਿਕਾਰਡ ਦੱਸ ਰਿਹਾ ਗੱਲ, ਮੇਰੀ ਪੜਦਾਦੀ ਜੀ ਨੂੰ ਬੇਬੇ ਜੀ ਕਹਿੰਦੇ ਸਨ। ਲੇਡੀ ਵਿਲਿੰਗਟਨ ਪੰਜਾਬੀ ਵਿੱਚ ਮੇਰੀ ਦਾਦੀ ਜੀ ਨੂੰ, ਪੜਦਾਦੀ ਹੁਸੈਨ ਬੀਬੀ ਸਾਹਿਬ ਨੂੰ ਬੇਬੇ ਜੀ ਕਹਿੰਦੇ ਸਨ, ਔਰ ਅਕਸਰ ਉਹਨਾਂ ਨੂੰ ਦੋ ਟੂ ਸੀਟਰ ਸੋਫੇ ਤੇ ਬਹਿੰਦੇ ਸਨ ਤੇ ਸੱਜਾ ਸੱਜੀ ਬਾਂਹ ਮੇਰੀ ਪੜਦਾਦੀ ਜੀ ਦੇ ਪਿੱਛੇ ਬਗਲ ਚੋਂ ਪਿੱਛੋਂ ਕਮਰ ਚੋਂ ਪਾ ਕੇ ਤੇ ਖੱਬਾ ਹੱਥ ਨਾਲ ਉਹਨਾਂ ਦੇ ਹੱਥ ਰੱਖ ਕੇ ਹੱਥ ਤੇ ਇੰਜ ਦਬਾਉਂਦੇ ਹੁੰਦੇ ਸਨ, ਲੇਡੀ ਵਿਲਿੰਗਟਨ ਪਿਆਰ ਨਾਲ ਤੇ ਬੇਬੇ ਜੀ ਕਹਿੰਦੇ ਸਨ, ਆਪਣੀ ਮਾਂ ਦਾ ਦਰਜਾ ਦਿੰਦੇ ਸਨ ਤੇ ਉਹਨਾਂ ਦੇ ਬੜੇ ਉਹ ਮੁਹੱਬਤ ਕਰਦੇ ਸਨ ਮਾਂ ਸਮਝ ਕੇ, ਇਸ ਮੇਰੀ ਮਤਲਬ ਬੜੀ ਉਹਨਾਂ ਨੂੰ ਬਜ਼ੁਰਗਾਂ ਵਾਲੀ ਸ਼ਫਕਤ ਸੀ। ਇੱਕ ਵਾਰੀ ਵਾਇਸ ਰਾਏ ਹਿੰਦ ਲਾਰਡ ਵਿਲਿੰਗਟਨ ਲੇਡੀ ਵਿਲਿੰਗਟਨ ਸਾਡੇ ਘਰ ਆਏ, ਬਾਬਾ ਜੀ ਜ਼ਫਰੁੱਲਾ ਖਾਨ ਦੇ ਘਰ ਸ਼ਿਮਲੇ, ਤੇ ਲਾਰਡ ਵਿਲਿੰਗਟਨ ਨੇ ਖਾਹਿਸ਼ ਜ਼ਾਹਿਰ ਕੀਤੀ ਬਾਬਾ ਜ਼ਫਰੁੱਲਾ ਖਾਨ ਨੂੰ, ਕਿਹਾ ਕਿ ਅਗਰ ਬੇਬੇ ਜੀ ਨੂੰ ਇਤਰਾਜ਼ ਨਾ, ਉਹਨਾਂ ਨੇ ਬੇਬੇ ਜੀ ਦਾ ਲਫ਼ਜ਼ ਇਸਤੇਮਾਲ ਕੀਤਾ, ਨਾ ਇਤਰਾਜ਼ ਨਾ ਹੋਵੇ ਤੇ ਮੈਂ ਮੇਰੀ ਬੀਵੀ ਬੇਬੇ ਜੀ ਦਾ ਬਹੁਤ ਜ਼ਿਕਰ ਕਰਦੀ ਹੈ ਤੇ ਮੈਂ ਬੇਬੇ ਜੀ ਨੂੰ ਮਿਲਣਾ ਚਾਹੁੰਦਾ ਅਗਰ ਉਹਨਾਂ ਨੂੰ ਇਤਰਾਜ਼ ਨਾ ਹੋਵੇ। ਚੌਧਰੀ ਸਾਹਿਬ ਨੇ ਕਿਹਾ ਕਿ ਉਹ ਤਾਂ ਆਪਣੇ ਕਮਰੇ 'ਚ ਆਰਾਮ ਕਰਨ ਚਲੇ ਗਏ ਨੇ, ਲੇਕਿਨ ਮੈਂ ਉਹਨਾਂ ਕੋਲ ਜਾ ਕੇ ਪੁੱਛਣਾ ਤੇ ਤੁਹਾਨੂੰ ਦੱਸਣਾ। ਉਹ ਗਏ, ਉਹਨਾਂ ਕਿਹਾ ਬੇਬੇ ਜੀ ਲਾਰਡ ਵਾਇਸ ਰਾਏ ਲਾਰਡ ਵਿਲਿੰਗਟਨ ਸਾਹਿਬ ਤੁਹਾਨੂੰ ਮਿਲਣਾ ਚਾਹੁੰਦੇ ਨੇ ਤੇ ਤੁਹਾਨੂੰ ਅਗਰ ਇਤਰਾਜ਼ ਤਾਂ ਨਹੀਂ ਪਰਦੇ ਦਾ, ਉਹ ਪਰਦਾ ਬੜਾ ਕਰਦੇ ਸਨ। ਉਹਨਾਂ ਕਿਹਾ ਹੁਣ ਮੈਂ 80 ਸਾਲ ਦੀ ਉਮਰ ਦੀ ਹੋ ਗਈ ਹਾਂ, ਮੇਰੇ ਪੁੱਤਰਾਂ ਦੀ ਉਮਰ ਦਾ, ਤੇ ਹੁਣ ਪਰਦੇ ਦਾ ਉਹ ਸਖਤੀ ਮੇਰੇ ਤੇ ਕਾਇਮ ਨਹੀਂ ਉਸ ਤਰ੍ਹਾਂ, ਤੇ ਤੁਸੀਂ ਲਿਆਓ ਉਹਨਾਂ ਨੂੰ ਮਿਲੋ ਮਿਲਵਾਓ। ਉਹ ਜਦੋਂ ਮਿਲਣ ਆਏ ਤੇ ਦਾਮੀ ਸਾਹਿਬ ਬੜੇ ਗੌਰ ਕਰਨ ਵਾਲਾ ਫਿਕਰਾ ਜੇ ਕਿ ਹੁਸੈਨ ਜਿਹਨੇ ਉਸ ਔਰਤ ਦੀ ਗੱਲ ਸੁਣਾਉਣ ਲੱਗਾ ਜਿਹਨੇ ਆ ਚਾਰ ਪੁੱਤਰ ਜੰਮੇ, ਉਸ ਮਾਂ ਦੀ ਸੋਚ ਤੁਹਾਨੂੰ ਦੱਸਣ ਲੱਗਾ। ਲਾਰਡ ਵਿਲਿੰਗਟਨ ਨੇ ਕਿਹਾ ਕਿ ਬੇਬੇ ਜੀ ਮੇਰੀ ਬੀਵੀ ਤੁਹਾਡੀ ਬੜੀ ਕਾਇਲ ਹੈ, ਬੜੀ ਮਦਾ ਹੈ ਤੇ ਬਹੁਤ ਮੇਰੇ ਘਰ ਵੀ ਤੁਹਾਡਾ ਜ਼ਿਕਰ ਕਰਦੀ ਹੈ ਬੇਬੇ ਜੀ ਕਹਿ ਕੇ ਤੇ ਮੁਖਤਲਿਫ ਗੱਲਾਂ, ਤੇ ਤੁਹਾਡੇ ਨਾਲ ਮੈਂ ਤੁਹਾਡੇ ਕੋਲ ਇੱਕ ਸਵਾਲ ਕਰਨਾ ਚਾਹੁੰਦਾ ਅਗਰ ਤੁਹਾਨੂੰ ਬੁਰਾ ਨੁੱਖ ਨਿਕਾ ਕਰੋ। ਉਹਨੇ ਕਿਹਾ ਕਿ ਮੈਨੂੰ ਦੱਸੋ, ਅਮੂਰੇ ਸਲਤਨਤ ਚਲਾਣੀ, ਬਾਦਸ਼ਾਹੀ ਚਲਾਣੀ ਸੌਖੀ ਹੈ ਕਿ ਅਮੂਰੇ ਖਾਨਾਦਾਰੀ ਹਾਊਸ ਹੋਲਡ ਘਰ ਚਲਾਉਣਾ ਸੌਖਾ ਹੈ, ਤੁਹਾਡਾ ਕੀ ਖਿਆਲ ਹੈ? ਬੇਬੇ ਜੀ ਨੇ ਆਖਿਆ ਕਿ ਜਿਹਨੂੰ ਜਿਹਦੇ ਵਾਸਤੇ ਮੇਰਾ ਰੱਬ ਸੌਖਾ ਕਰਦੇ, ਜਿਹਦੇ ਵਾਸਤੇ ਜੋ ਮੇਰਾ ਰੱਬ ਸੌਖਾ ਕਰਦੇ, ਤੇ ਕਈਆਂ ਕੋਲ ਘਰ ਵੀ ਨੀ ਚੱਲਦਾ ਤਾਂ ਕਈ ਸਲਤਨਤ ਵਿੱਚ ਚਲਾ ਲੈਂਦੇ ਨੇ। ਇਹ ਗੱਲ ਸੁਣ ਕੇ ਤੇ ਲਾਰਡ ਵਿਲਿੰਗਟਨ ਦੀਆਂ ਅੱਖਾਂ ਖੁੱਲ ਗਈਆਂ ਔਰ ਅੰਜ ਵੇਖਣ ਲੱਗਾ, ਤੇ ਲੇਡੀ ਵਿਲਿੰਗਟਨ ਨੇ ਬੇਬੇ ਜੀ ਨੂੰ ਜੱਫਾ ਮਾਰ ਕੇ ਜ਼ੋਰ ਦੀ ਹੱਕ ਕਰ ਲਿਆ। ਇਹ ਗੱਲ ਮੈਨੂੰ ਯਾਦ ਆ ਗਈ ਬੇਬੇ ਜੀ ਨਾਲ ਉਸ ਵਾਕਿਆ ਦੀ। ਇਹ ਇੱਕ ਅੰਦਾਜ਼ਾ ਤੁਸੀਂ ਹੁਣ ਇਹ ਕਰ ਲਵੋ ਕਿ ਉਹ ਖਾਨਦਾਨ ਅੱਜ ਤੋਂ 100 ਸਾਲ ਪਹਿਲਾਂ ਜਾਂ 125 ਸਾਲ ਪਹਿਲਾਂ ਜਾਂ ਉਸ ਪਹਿਲਾਂ, ਇੱਕ ਚੌਧਰੀ ਨਸਰੁੱਲਾ ਖਾਨ ਸਾਈ ਦੀ ਬੀਵੀ, ਇੱਕ ਜਿਹਦੇ ਆਪਣੇ ਪੇਕੇ ਬਾਜਵੇ ਸਨ, ਚੌਧਰੀ ਲਾਈ ਬਖਸ਼ ਦੀ ਧੀ ਲਾਰਡ ਵਿਲਿੰਗਟਨ ਨੂੰ ਵਾਇਸ ਰਾਏ ਹਿੰਦੂ ਦੀ ਬੀਵੀ ਨੂੰ ਨਾਲ ਗੁਫ਼ਤਗੂ ਕਰ ਰਹੀ ਹੈ ਔਰ ਜੋ ਉਹਨਾਂ ਦੇ ਦਿਲ ਵਿੱਚ ਆਉਂਦਾ ਉਹ ਕਹਿ ਰਹੇ ਨੇ, ਜਦਕਿ ਤੁਸੀਂ ਸਮਝਦੇ ਹੋ ਕਿ ਵਾਇਸ ਰਾਏ ਦੀ ਉਹ ਹੈਸੀਅਤ ਸੀ ਕਿ ਨਿਜ਼ਾਮ ਔਰ ਰਾਜੇ ਔਰ ਮਹਾਰਾਜੇ ਔਰ ਜਿਹੜੇ ਨਵਾਬ ਹੈ ਸਾਰੇ ਉਹਨਾਂ ਨੂੰ ਨਜ਼ਰਾਨੇ ਪੇਸ਼ ਕਰਦੇ ਸਨ, ਬਲਕਿ ਮੁਕਾਬਲਾ ਹੁੰਦਾ ਸੀ ਕਿ ਸਭ ਤੋਂ ਚੰਗਾ ਸੋਨਾ ਸਭ ਤੋਂ ਵੱਡਾ ਹੀਰਾ ਕੌਣ ਪੇਸ਼ ਕਰਦਾ, ਤੇ ਉਹਨਾਂ ਦੇ ਦਿੱਤੇ ਹੋਏ ਤਹਾਇਫ ਉਹ ਮੇਰੀ ਪੜਦਾਦੀ ਜੀ ਨੂੰ ਤਹਾਇਫ ਦਿੰਦੇ ਸਨ। ਹੁਣ ਅਗਰ ਮੈਂ ਇਸ ਗੱਲ ਤੇ ਬੋਲਣ ਤੇ ਆਇਆ ਤੇ ਬਹੁਤ ਦੂਰ ਚਲਾ ਜਾਏਗਾ, ਕਈ ਘੰਟੋ ਘੰਟੋ ਹੋ ਜਾਣਗੇ ਤੇ ਗੱਲਾਂ ਨਹੀਂ ਮੁਕਰਨਗੀਆਂ। ਤੇ ਇਹ ਉਹ ਦੌਰ ਸੀ। ਫਿਰ ਜਦੋਂ 47 ਆਇਆ